Inna lahu lanasihun. Allah, kaisa ajeeb samay, kasma khale chandin. Abba ji, malaka la ta'manna ala Yusuf. ਕੀ ਹੋ ਗਿਆ ਤੁਹਾਨੂੰ ਅਸਾਂ ਤੇਰੇ ਪੁੱਤਰਾਂ ਐ ਮਹਿਬੂਬ ਬੱਚਿਆਂ ਐ ਸਾਡਾ ਇੱਕੋ ਲਾਡਲਾ ਜਿਹਾ ਭਰਾ ਹੈ ਯੂਸਫ ਅਲੈਹਿ ਸਲਾਮ ਅਸਾਂ ਵੈਨੇ ਆਏ ਬਾਹਰ ਸੈਰ ਕਰਕੇ ਬਾਗਾਂ ਤੇ ਚਰਾਗਾਹਾਂ ਚ ਚਰ ਚੁੱਕੇ ਆਨੇ ਆਏ ਤੇ ਇਥਾਂ ਹੀ ਬੱਧਾ ਹੋਇਆ ਜਿਵੇਂ ਆਏ ਤੇਰੀ ਝੋਲੀ ਦੇ ਅੰਦਰ ਕਦੇ ਤਾਂ ਸਾਡੇ ਨਾਲ ਗੱਲਿਆਂ ਚ حضرت یعقوب علیہ السلام نو جگر دا درد ہویا ہے اتھائی آکے اخاف ان یاکلہ الذئب وانتم عنہ غافلون میرے پترو میرا دل تا تھے جو تساں پھرا سارے کٹھے رہو مگر ادے تواڈے نال تائی نہیں بھجیندا کہ تساں جوان جوان ہو اپنے مشغلے دے اندر رہ ونجو تے کدائی سامان کولوں کلیا میرے پتر نوں نہ چھوڑ ونجو خطرہ ہے جو متا تسا تا اگا پیچھا ہو ونیو میرے پتر نو کو بگھار نہ کھا ونی یا گل یعقوب علیہ السلام نے ڈر دی وجہ تو کی تھی مگر یوسف علیہ السلام دے پھراواں نو گرری اتھوں ہتھے آ گیا اتھوں بانا بن گیا تے کریں دے تائیں پیان جوا دھیان او میرے بھائیو یوسف احبو الہ ابینا اساوے نے آئے رات دیارے یوسف بھرانو چمدہ چٹیں دا بیٹھوں دے باپ تے اساو تو آوانیائے تسا در چھڑا ویدھا ہی نہیں احبو الہ ابینا وَنَحْنُ عُصْبَا حالانکہ کاروبار سنبھالنا لے اسائیں خدمت کرن والے اسائیں لوٹے بھر کے دے کے مٹھ مروڑا کرن والے تھا اسائیں سارا بھار اسا چاہی کھلے آئیں مگر یوسف علیہ السلام دنا لے انہیں یار ایڈا محبوب ہے جے انہوں ہوتھا دے اتے ہوت رکھ کے یعقوب علیہ السلام بابا اکھی چے نٹین دا ہے جے پوچھی وے تا دا یار میری پریشانی تا دور دیئے جو یوسف بچے دے ہوتھنو اپنے موہ وچ لے لا اس واسطے کیویں نہ کیویں اس نو دور کٹ چھڑائیں تاکہ وط او دے اس سے دی توجہ ساری بابے یعقوب دی ساڑے اتے آونجیں اس بنا تے قسمہ چاہ کے لائے گئن جڑے ویلے گلنے فلم اجمعون فَلَمَّا زَحَبُوا بِهِ جڑے ویلے لائے کے ٹر گئے نہیں یوسف نو رستے دے اندر آدن کے کرائیں انہیں دے نال نتیجہ یو نکلے آئے وڈا یہودہ جڑا انہ دے وچوں آئیں اوسا کہ یار لا تک تلوں قتل نہ کرو نہ حاکین یہ اپنے ذمہ ظلم نہیں سے لہن دے معافی سانو کوئی نہیں ملنی جئی جیا کردار چکرائیں یا جعلو فی غیابت الجبے کوئی ہو جئی انی ڈلوے کھو جڑا غیر آباد کھووے او سج تھرا کے لڑکا چھڑے نے آئیں لہٰذا کہنو پتہ ہی کوئی نہیں لگنا کوئی وسنی کیوں کوئی نہیں آونی کوئی بندہ چھڑو ہی نہیں آونا وان کے پچھا کی اکسائیں یا بانا انا اسا تا انہیں جنگل چلائے گئے ہیں اتھے اس نے انہیں بہایا سے سامان دیکھو لوں
ਤੇ ਅਸਾਂ ਦੌੜ ਲਾਵੇ ਲੱਗਿਆ ਹੈ ਫਿਰਾ ਪਦੇ ਜੋ ਵੱਧਦਾ ਕਿਹੜਾ ਹੈ ਜੇ ਵਾਪਸ ਹਟਾਇਆ ਹੈ ਆ ਕੇ ਵੇਖਿਆ ਤਾਂ ਇਹ ਕੁਰਤਾ ਤਾਂ ਪਿਆ ਹਾ ਮਗਰ ਸਾਡਾ ਫਿਰਾ ਕੋਈ ਨਹੀਂ ਸਾਨੂੰ ਸ਼ੱਕ ਇਹ ਪੰਦਾ ਹੈ ਕਿ ਉਹ ਬਿਗਾੜ ਖਾ ਗਏ ਉਹ ਬਿਗਾੜ ਦਾ ਲਫ਼ ਸੁਣਿਆ ਨਾ ਯਾਕੂਬ ਅਲੈ ਸਲਾਮ ਕੋਲੋਂ ਉੱਥੋਂ ਮੁੜ ਚਬਥੋ ਬਿਗਾੜ ਖਾ ਗਏ ਯਾਕੂਬ ਅਲੈ ਸਲਾਮ ਚੋਲਾ ਲੈ ਕੇ ਪਹਿਲੇ ਅੱਖੀ ਤੇ ਰੱਖਿਆ ਚੁੰਮਿਆ ਤੇ ਵੱਤ ਫਰੋਲ ਕਿਵੇਂ ਦਇਆ ਦਾ ਵੱਡਾ ਸਿਆਣਾ ਬਿਗਾੜ ਆਈ ਕੋਈ ਜੇ ਥਰਾ ਕੇ ਪਹਿਲੂ ਚੋਲਾ ਲਹਾਇਆ ਚ ਮੇਰੇ ਪੁੱਤਰ ਦਾ ਤੇ ਪਿੱਛੇ ਬਹਿ ਕੇ ਚ ਖਾਦਾ ਸੁ ਉਸ ਨੂੰ ਬਲ ਸਫਲਤ ਲਕੁਮ ਅਨਫੁਸਕੁਮ ਅਮਰਾ ਫਸਬਰੁਨ ਜਮੀਲ ਅੱਛਾ ਚਲਾ ਤੁਸਾਂ ਤਾਂ ਰਾਜ਼ੀ ਹੋ ਗਏ ਮੈਂ ਜਾਣਾ ਤੇ ਮੇਰਾ ਅੱਲਾ ਜਾਣੇ ਸਬਰੁਨ ਜਮੀਲ ਮੈਂ ਸਬਰ ਕਰੇ ਸਾਂ ਮੇਰੇ ਪੁੱਤਰੋ ਤੇ ਸਬਰ ਵੀ ਸੋਹਣਾ ਕਰੇ ਸਾਂ ਘੋੜਾ ਸਬਰ ਮੈਂ ਨਹੀਂ ਕਰਨਾ ਘੋੜਾ ਸਬਰ ਹੁੰਦਾ ਹੈ ਜੋ ਬੰਦਾ ਪਿਟੇਂਦਾ ਹੀ ਨਾਲ ਵਾਲ ਹੀ ਨਾਲ ਖੋਹਦਾ ਹੈ ਉਹ ਮੀਆਂ ਸੀਨਾ ਕੋਬੀ ਵੀ ਕਰੇਂਦਾ ਹੈ ਗਾਲੀ ਗਲੂਚ ਵੀ ਕੱਟਦਾ ਹੈ ਮੂੰਹ ਚੋਂ ਜੱਗੂ ਵਾਹ ਪਾਉਂਦੀਆਂ ਮੈਂ ਸੋਹਣਾ ਸਬਰ ਕਰਕੇ ਤੁਹਾਨੂੰ ਵੇਖਾਈ ਸਾਂ ਤਾਂ ਕਿ ਅੱਲਾ ਹੀ ਵੇਖ ਲਵੇ ਕਿ ਦਿਲ ਦੀਆਂ ਮੁਰਾਦਾਂ ਜਦਾਂ ਤੰਦੂ ਟੁੱਟ ਵੈਂਦੀਆਂ ਨੇ ਸਬਰ ਕਰਨ ਵਾਲੇ ਇੰਜ ਕਰਕੇ ਨਿਭਾ ਵਿਖਾਈ ਜਿਹੜੇ ਸੱਟਣ ਲੱਗਿਆ ਨੇ ਖੂਹ ਵਿੱਚ ਅੱਲਾ ਕਰੀਮ ਫਰਮਾਂਦਾ ਫਲੰਮਾ ਜ਼ਹਬੂ ਬਿਹੀ ਜਿਹੜੇ ਵੇਲੇ ਲੈ ਤੁਰੇ ਤੇ ਅਜਮਾਊ ਅਮਰਹੁਮ ਪੂਰਾ ਮਨਸੂਬਾ ਬਣ ਗਿਆ ਕਿ ਇਸ ਨੂੰ ਸੱਟੋ ਖੂਹ ਦੇ ਅੰਦਰ ਅੱਲਾ ਕਰੀਮ ਫਰਮਾਂਦਾ ਅਉਹੈਨਾ ਲਤੁਨਬਿਅਨਹੁਮ ਬਿਅਮਰਿਹਿਮ ਹਾਜ਼ਾ ਓ ਯੂਸਫ ਅੱਲਾ 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 ਅਜਣ ਜਵਾਨ ਨਹੀਂ 7 ਸਾਲ ਦਾ ਅੱਲਾ ਫਰਮਾਂਦਾ ਮੁੜ ਜ਼ਰੂਰਤ ਪੈ ਵਣੀ ਤਾਂ ਅਸਾਂ ਛੋਹਰਾਂ ਨਾਲ ਹੀ ਗੱਲਾਂ ਕਰੇ ਲੈ ਜੇ ਜ਼ਰੂਰਤ ਹੋਵੇ ਤਾਂ ਮੈਂ ਵੱਲ ਬੱਚਿਆਂ ਨਾਲ ਹੀ ਗੱਲਾਂ ਸ਼ੁਰੂ ਕਰ ਦਿੰਦਾ ਉਹਨਾਂ ਅਉਹੈਨਾ ਇਲੈਹੀ ਜਿਹੜੇ ਲੈ ਸਟੇਂਦੇ ਪਿਆਨ ਤੇ ਥੋੜਾ ਜਿਹਾ ਘਾਬਰਦਾ ਪਿਆ ਹਾਂ ਇੱਕ ਬੰਦੇ ਇੱਕ ਫਿਰਾ ਵਿੱਚੋਂ ਚਾਟ ਵੀ ਮਾਰੀ ਗੱਲਤ ਚਾਟ ਹੀ ਮਾਰੀ ਅੱਲਾ ਕਰੀਮ ਆਦਾ ਅਸਾਂ ਚੁੱਪ ਕਰਕੇ ਸੁਣਦੇ ਰਿਹਾ ਸੇ ਤੇ ਵੇਖਦੇ ਰਿਹਾ ਸੇ ਆਪਣੀ ਉਸ ਕੁਦਰਤ ਦੀ ਟੇਪ ਰਿਕਾਰਡ ਅਸਾਂ ਲਾ ਹੀ ਖਲਿਆ ਸੇ ਸਾਰਾ ਕੁਝ ਕੈਮਰੇ ਚ ਫਰੀਂਦਾ ਪਿਆ ਜਿਵੇਂ ਮਰੇਂਦੇ ਪਿਆਨ ਜਿਵੇਂ ਧਿੱਕੇ ਪੈ ਦਿੰਦੇ ਹਨ ਜਿਵੇਂ ਝਰੂਠੀਆਂ ਕਰੇਂਦੇ ਪਿਆਨ ਉਹਨੇ ਸਾਰਾ ਮੈਂ ਆਪਣੀ ਉਸ ਰੀਲ ਦੇ ਅੰਦਰ ਭਰਿਆ ਮੈਨੂੰ ਪਤਾ ਜੋ ਮੈਂ ਰੀਲ ਨੂੰ ਸਾਫ਼ ਕਰਕੇ ਕੁਰਾਨ ਬਣਾ ਕੇ ਮੁਹੰਮਦ ਤੇ ਖਜ਼ਾਨਾ ਨਾਜ਼ਿਲ ਕਰਨ ਜਿਹੜੇ ਵੇਲੇ ਸੱਟਣ ਲੱਗੇ ਮੈਂ ਉਸ ਵੇਲੇ ਉਸ ਬੱਚੇ ਨੂੰ ਕਾਨੇ ਚ ਆਖਿਆ ਘਬਰਾਵੇਂ ਨਹੀਂ ਇਸ ਖੂਹ ਦੇ ਵਿੱਚ ਵੰਜਣ ਵਾਸਤੇ ਮੈਂ ਤਾਂ ਸਮਝੇ ਜੂ ਮੈਂ ਤੱਲੇ ਠਾਸਾਂ ਤੇ ਪੱਕੇ ਤੇ ਲੱਗ ਕੇ ਕਿਦਾਂ ਹੀ ਖਤਮ ਹੋ ਵੰਜਾਂ ਜਾਂ ਪਾਣੀ 'ਚ ਕਿਦਾਂ ਹੀ ਵੰਜ ਕੇ ਬੁੱਢ ਵੰਜਾਂ ਨਹੀਂ ਨਹੀਂ ਅਸਾਂ ਫਿਜੇਂਦੇ ਪਿਆ ਫਰਿਸ਼ਤੇ ਨੂੰ ਆ ਕੇ ਆਪਣੇ ਪਰਾਂ ਤੇ ਲੈ ਕੇ ਤੈਨੂੰ ਤੱਲੇ ਬਹਾ ਦੇ ਅਉਹੈਨਾ ਇਲੈਹਿ ਜ਼ਾਲਿਕਲ ਅਮਰ ਇਲੈਹਿ ਲਤੁਨਬਿਅਨਹੁਮ ਬਿਅਮਰਿਹਿਮ ਹਾਜ਼ਾ ਇੱਕ ਦਿਹਾੜਾ ਆਉਣਾ ਹੈ ਚੁੱਪ ਕਰੇ ਚੀਕੇ ਨਾ ਪਿਆ ਅਫਸੋਸ ਨਾ ਪਿਆ ਕਰੇ ਮੈਂ ਤੇਰਾ ਵਾਲ ਵੀ ਡਿੰਗਾ ਨਹੀਂ ਹੋਣ ਦੇਤਾ ਇੱਕ ਦਿਹਾੜਾ ਆਵਣਾ ਅੱਲਾ ਤੋਂ ਨੱਬੇ ਅਨਹੁਮ ਬਿਅਮਰਿਹਿਮ ਹਾਜ਼ਾ ਇੱਕ ਦਿਹਾੜੇ ਤੂੰ ਤਖਤ ਤੇ ਬੈਠਾ ਹੋਸੇ ਇਹ ਤੱਲੇ ਖਲੇ ਹੋਸੇ ਨੂੰ ਪਿੰਨਣ ਵਾਲੇ
ਇਹ ਮੰਗਦੇ ਪਿੰਦੇ ਖਲੋਤੇ ਹੋ ਸਨ, ਤੇਰੇ ਅੱਗੋਂ ਹੱਥ ਬੱਧੀ ਖਲੇ ਹੋ ਸਨ। ਇਹਨਾਂ ਨੂੰ ਇਹ ਪਤਾ ਹੋਣਾ ਹੈ ਜੋ ਇਹ ਤਾਂ ਮਿਸਰ ਦਾ ਬਾਦਸ਼ਾਹ ਹੈ, ਤੂੰ ਪਰਦੇ 'ਚ ਬੈਠਾ ਹੋਣਾ ਹੈ, ਤੈਂ ਕਹਿ ਨੂੰ ਕਹਿ ਪਤਾ ਨਹੀਂ ਕਰਨਾ ਤੇਰਾ ਜੋ ਤੂੰ ਕੌਣ ਹੈ। ਇਹੋ ਕੋ ਜਗਸਨ ਵੱਡੇ ਜਲਾਲ ਅਲਾ ਬਾਦਸ਼ਾਹ ਦੇ, ਤੂੰ ਤਖ਼ਤ 'ਤੇ ਬੈਠਾ ਹੋਣਾ ਹੈ, ਇਹਨਾਂ ਅੱਗੋਂ ਆ ਕੇ ਯਹੀ ਯਹੀ ਕਰਨੀ ਹੈ। ਉਸ ਦਿਹਾੜੇ ਮੈਂ ਤੈਨੂੰ ਅਕਸਰ ਪਰਦਾ ਹਟਾ ਕੇ ਗੱਲ ਕਰ ਇਹਨਾਂ ਨਾਲ ਦਿਹਾੜਾ ਆ ਗਿਆ। ਥੱਲੇ ਖਲੋਤੇ ਨੇ ਤੇ ਖਲਿਆ ਦਿਨ, ਅੱਗੇ ਇੱਕ ਸਾਡਾ ਭਰਾ ਆਈ ਯੂਸਫ ਅਲੈਹਿ ਸਲਾਮ ਤਾਂ ਰਹਿੰਦਾ ਪਰਦੇ 'ਚ, ਪਰਦੇ 'ਚ ਇਸ ਵਾਸਤੇ ਰਹਿੰਦਾ ਹਾਂ ਜੋ ਹਜ਼ਰਤ ਯੂਸਫ ਦੀ ਹੁਸਨ ਦੀ ਝਲਕ ਕੋਈ ਨਹੀਂ ਬਰਦਾਸ਼ਤ ਕਰ ਸਕਦਾ। ਕੋਈ ਕੇਸ ਜੋ ਅਦਾਲਤ 'ਚ ਆਵਿਆ ਅਤੇ ਜੇ ਕਹਿੰਦੇ ਉੱਤੋਂ ਲਾਇਆ ਜਾਂ ਤਾਂ ਲੋਕ ਉਦਾਂ ਹੀ ਲੱਗੇ ਰਹਿ ਵੇਂਦੇ ਹਨ, ਕੇਸ ਫੁੱਲ ਵੈਂਦਾ ਨੇ। ਇਹ ਤਾਂ ਵਤ ਅੱਲਾ ਪਾਕ ਦੀ ਆਪਣੀ ਦਇਆ ਨੇ, ਤਾਂ ਨਬੀ ਕਰੀਮ ਫਰਮਾਇਆ ਉਹ ਤੇ ਯੂਸਫ ਸ਼ਤਰਮ ਮਿਨਲ ਹੁਸਨੇ। ਅੱਲਾ ਪਾਕ ਨੇ ਇੱਕ ਗਠੜੀ ਆਪ ਚ ਬੱਧੀ ਹੁਸਨ ਦੀ ਤੇ ਯੂਸਫ ਅਲੈਹਿ ਸਲਾਮ ਤੇ ਲਿੰਬ ਛੋੜੀ। ਮਗਰ ਵਤ ਬਾਜ਼ੇ ਮਿੱਠੇ ਹੁੰਦੇ ਨੇ ਹੁਸਨ ਤੇ ਬਾਜ਼ੇ ਸਲੂਣੇ ਹੁੰਦੇ ਨੇ। ਆਇਸ਼ਾ ਸਿੱਦੀਕ ਆਖਿਆ ਦੁਨੀਆ ਯੂਸਫ ਯੂਸਫ ਵਧੀ ਖਰੇਂਦੀ, ਲਵਾਮੀ ਜ਼ਲੀਖਾ ਲੋ ਰਾਇਨ ਜਬੀਨਹੂ, ਲਵਾਮੀ ਜ਼ਲੀਖਾ ਲੋ ਰਾਇਨ ਜਬੀਨਹੂ, ਲਅਸਰਨ ਬਿਲ ਕਤਲ ਕੁਲੂਬ ਅਲਲ ਯਦੀ। ਜ਼ੁਲੈਖਾ ਜਿਹੜੀ ਮਿਸਰ ਵਾਲੀ ਏ, ਉਸਨੂੰ ਉਹਦੀਆਂ ਹਮਜੋਲੀਆਂ ਮੇਣੇ ਦਿੱਤੇ ਤੇ ਉਸ ਉਹਨਾਂ ਨੂੰ ਯੂਸਫ ਚ ਵਿਖਾਇਆ। ਯੂਸਫ ਦੇ ਵੇਖਣ ਨਾਲ ਲਵਾਮੀ ਜ਼ਲੀਖਾ ਲੋ ਰਾਇਨ ਜਬੀਨਹੂ, ਲਅਸਰਨ ਬਿਲ ਕਤਲ ਕੁਲੂਬ ਅਲਲ ਯਦੀ। ਜ਼ਲੀਖਾ ਨੂੰ ਜਿਹੜੀਆਂ ਮਲਾਮਤਾਂ ਦੇਵਣ ਵਾਲੀਆਂ ਔਰਤਾਂ ਹਨ, ਜਦੋਂ ਉਹਨਾਂ ਹੀ ਵੇਖਿਆ ਯੂਸਫ ਅਲੈਹਿ ਸਲਾਮ ਨੂੰ ਤਾਂ ਆਪਣੀ ਅੰਗਲੀ ਦੇ ਉੱਤੇ ਛੁਰੀਆਂ ਮਾਰ ਕੇ ਰੱਤੋ ਰੱਤ ਹੋ ਗਈਆਂ। ਮਗਰ ਆਇਸ਼ਾ ਸਿੱਦੀਕ ਆਦੀ ਹੈ ਉਹ ਤਾਂ ਮਿਸਰ ਦੀਆਂ ਕਿਰਾੜੀਆਂ ਜੋ ਹਨ, ਉਹਨਾਂ ਤਾਂ ਵੇਖਿਆ ਯੂਸਫ ਨੂੰ, ਤੋੜੇ ਯੂਸਫ ਦੀਆਂ ਲਟਕਾਂ ਹੀ ਵੇਖੀਆਂ ਇਹਨੇ, ਟੋਰ ਹੀ ਵੇਖੀਏ, ਅੱਗੋਂ ਤੁਰਦੇ ਹੀ ਵੇਖਿਆ, ਪਿੱਛੋਂ ਵੀ ਟੋਰ ਵੇਖੀਏ, ਚਿਹਰਾ ਹੀ ਵੇਖਿਆ ਸਾਲਿਮ। ਤੇ ਜੇਕਰ ਮੈਨੂੰ ਅੱਲਾ ਦੀ ਕਸਮ ਏ ਉਵੇ ਮਿਸਰ ਵਾਲੀਆਂ ਸਾਰੀਆਂ ਰਲ ਕੇ ਲੌਰਾ ਆਏ ਨਾ ਜਬੀ ਨਹੂ, ਲਾਸਰ ਨ ਬਿਲ ਕਤਲ ਕੁਲੂਬ ਅਲਲ ਯਦੀ। ਜੇ ਮੇਰੇ ਮੁਹੰਮਦ ਦੇ ਮੱਥੇ ਦੇ ਉੱਤੇ ਛੜੇ ਪਸੀਨੇ ਨੂੰ ਚ ਵੇਖੇ ਨਾ, ਅੱਲਾ ਦੀ ਕਸਮ ਹੈ ਆਪਣੀਆਂ ਦਿਲੜੀਆਂ ਦੇ ਉੱਤੇ ਛੁਰੀਆਂ ਚਲਾਏ ਬਗੈਰ ਉਹਨਾਂ ਨੂੰ ਹੋਸ਼ ਨਾ ਰਹੇ। ਅਸਲ ਗੱਲ ਇਹ ਜੋ ਯੂਸਫ ਅਲੈਹਿ ਸਲਾਮ ਦਾ ਹੁਸਨ ਮਿੱਠਾ, ਮੁਹੰਮਦ ਪਾਕ ਦਾ ਹੁਸਨ ਸਲੂਣਾ। ਮਿੱਠਾ ਸੱਚ ਮੇਰਾ ਖਿਆਲ ਹੈ ਸਲੂਣ ਦੀ ਜ਼ਿਆਦੀ ਚੱਸ ਹੈ, ਇੰਜੇ ਨਾ। ਹਾਂ, ਆਟੇ ਦੇ ਵਿੱਚ ਲੂਣ ਨਾ ਪਵੇ, ਭਾਜੀ 'ਚ ਲੂਣ ਨਾ ਹੋਵੇ ਤਾਂ ਭਾਜੀ ਕਾਈ ਨਹੀਂ, ਜੇ ਮਿੱਠਾ ਨਾ ਹੋਵੇ ਤਾਂ ਕੋਈ ਫਰਕ ਨਹੀਂ ਪੈਂਦਾ। ਅੱਲਾ ਪਾਕ ਨੇ ਇਹੋ ਜਿਹਾ ਕਮਾਲ ਬਣਾਇਆ ਨਾ, ਤਾਂ ਤਾਂ ਰੁਬਈਏ ਬਿੰਤ ਮੁਅਵਜ਼ਾ ਦੀ ਆਈ 14ਵੀਂ ਦੀ ਰਾਤ ਤੇ ਚੰਨ ਖਲਾ। ਮੈਂ ਆਖਿਆ ਅੱਜ ਵੇਹਨੇ ਆ ਭਲਾ ਮੁਹੰਮਦ ਸੋਹਣਾ ਕਿ ਚੰਨ ਸੋਹਣਾ। ਰੁਬਈਏ ਬਿੰਤ ਘੱਤ ਦੀ ਓਟ ਲੈ ਕੇ ਆ ਖਲੀ, ਨਬੀ ਪਾਕ ਬੈਠਿਆਂ ਨੂੰ ਦੇਖੇ ਖਲੇ। ਚੌਦਾਂ ਵਾਰੀ ਉਦੇ ਡਿੱਠੋਸ ਤੇ ਚੌਦਾਂ ਵਾਰੀ ਹਾਏ ਹਾਏ। ਜਿਲੇ ਹਟ ਕੇ ਆਈ ਏ ਨਬੀ ਅਲੈਹਿ ਸਲਾਮ ਦੇ ਸਾਹਮਣੇ ਮੁਸਕਰਾਉਂਦੀ ਆਈ ਏ। ਨਬੀ ਕਰੀਮ ਫਰਮਾਇਆ ਕਿਉਂ ਮੁਸਕਰਾਉਂਦੀ ਪਈ ਏ ਬੁੱਢੇ ਰੁਬਈਏ? ਉਹ ਆਖਣ ਲੱਗੀ ਅੱਜ ਇਨਸਾਫ ਕਰੇ ਨੇ, 14 ਵਾਰੀ ਤੈਥਰ ਵੇਖਿਆ ਤੇ 14 ਵਾਰੀ ਚੰਨ ਦਿਰ ਵੇਖਿਆ,
نبی علیہ السلام فرمایا وت ایمانداری نال فیصلہ کریں میری دھڑ نہ پہ میری رعایت نہ پئی کریں کیوں بازے عقیدت مندی ہوئے تو بندے نو انہ کر دین دیئے جنہیں اس مجنوع کیا تو سادیو لیلہ کالیے میرے اندر وڑ کے ویکھو اید نال دا تا چودویں دا چانویں نہیں حالانکہ آئی لے لی جائی او لیلہ لے لی آئی نا خیال کریں متا کدائی رعایت چا کرے میری روبیہ دیئے میں نوان ڈٹھے اللہ دی قسمیں میں رعایت کائی نہیں کرنی او سونا بہو سونا میں رعایت نہیں کریں دی میں نو کئی فرق لدے نہیں جے کر زیادہ دیر تک میں چاندر ویکھی رکھا تا میری آنکھیں تھک وائیں دی عائشہ صدیقہ دیئے انہا تا پورے یوسف دیا لٹکا ویکھیاں جے میرے یوسف محمد دے متھے دوتے ایک قطرے پسینے دے ریچہ ویکھینا تکے کرن لا سرنا بالکت القلوب علل یدی انہا تا ہتھا تے باریان وات جگر چیر چیر کے پیاں سٹینا انہا نو ہوش بھی کوئی نہ ہی رہا پر یوسف علیہ السلام دا حسن چونکہ مٹھا مٹھائی حسن جڑا ہے یہ بندے نو ایک واری تھا کپ گھتے ہندہ ہے نا چنگے چنگے متقی پرہیزگار ہوندے پتہ ہی ہوندہ ہے انہوں نے کہ غیر محرم در نہیں ویکھنا لگ پویں تے لشکارا پائے ونجے چٹی چمبڑی دا تے کیا جا منہ وچ چھل کے پانی دے ڈھائے پمدے دے اس لئے انہوں دھی بھول وائن دیئے بھینی بھول وائن دیئے کائی شاہ نہیں بندے آئی نکل وائن دائے حیوانیت چاہ وائن دائے پچھو وے دھائرہ سی تے چبکارے ماری رکھ سی جی میں کتا کڑا تو ہو کے آیا کھلا ہوں دائے ایمان دی رتی کائی نہ رہ سی تھی او یوسف آخر ویکت سائی ایمان نو خرچ ہون دین دائے سائی ایدہ تا ایمان ایک گندی ترکی ہوئی کولو لگے تا ایدہ ایمان تھارا نال لئی گئی پولیاں چکی لین دی گئی یوسف جہندہ حسن بھی مٹھا ہے تے حسن مٹھے اللہ آدمی کوئی کوئی یہ جڑا بچ کے صحیح اپنے حسن لائے کے ونجے ورنہ خراب کر دے مگر یوسف علیہ السلام دیئے شہادتا اللہ دے دا پہ اللہ کریم فرمان دے آئین او مٹھے یوسف نو اتفاقی ہوتا مار کے چلے گئے سٹ کے جا تو السیارہ فعدلو دلوا آ گیا قافلہ اتفاقی تجارت کرن والا اتھوں لگدا پیا مصر دی منڈی چ پے وین دین اتفاقی کول پڑاؤ سٹیانے آدھائے کافلے آلے سردار آدھائے وانیو فلانے آن اتھو کھو ملوم پیون دائی ویچو پانی چھک کے لائے آپی وائے جڑے ویلے او آندھائے بوکا سٹیاس بونی چھت گات کے جلے چھکیں لگ گئے بوکا چھکیں دا نہیں تے جے اینج کر کے تلے نظر مرندہ ہے تے ملوم ہوندہ چان کھوئی چوپے اوبھردہ ہے جڑے ویلے تلے نجا کے ویکھے اس انسانیت چو نکل گیا ہے ہوش کوئی نسریا کیا دا ہے یا بشرا حازا غلام مبارک انہیں او کافلے آلے آؤ ایو جہی چیز جڑی اسمانہ تہی نہیں مل دی او کھوئے چلت دی پہینے دنیا سکھ دی ایو جہی ویکھن واسطے تھا اندر کھوئی چمک دا پہ آئے پانی چمک دا پہ آئے اتنا ہی چمک دیا پہین اصل بوکے دوتے چڑھ کے باہر رہا یوسف علیہ السلام آپ آپ کی تھی چریا اللہ جو فرمایا سارا کو جیسا آپ کرنا ہے یا اندر بو قتل لے آیا تھے اللہ یوسف نوہ کہا چاڑھ وانجی سے دے وجتے انہوں چھکائی ہے ہائے ہائے سکے بھیران لڑکا وانا لن
ਤੇ ਤਰਿਆ ਕਲਬੋ ਕਿਚ ਗੱਤ ਕੇ ਛੇਕਣ ਵਾਲੇ ਕੁਦਰਤ ਵੇਖ ਅੱਲਾ ਪਾਕ ਨਤੀਜਾ ਕੀ ਨਿਕਲਿਆ ਹੈ ਜਿਹੜੇ ਵੇਲੇ ਉਹਨਾਂ ਨੂੰ ਤਾਂ ਤੱਸਾ ਹੀ ਭੁੱਲ ਗਿਆ ਪਿਆਸ ਹੀ ਭੁੱਲ ਗਈ ਜਲਦੀ ਦੌੜੇ ਕਾਫਲੇ ਦੇ ਸਰਦਾਰ ਆਖਿਆ ਵੋ ਯਾਰਾ ਜਿਤਨਾ ਮਾਲ ਲੱਖਾਂ ਕਰੋੜਾਂ ਦਾ ਸਾਡੇ ਕੋਲ ਇਹ ਇਸ ਬੰਦਾ ਹੈ ਜਿਹੜਾ ਸਾਨੂੰ ਗੁਲਾਮ ਮਿਲਿਆ ਹੈ ਇਹ ਛੋਕਰਾ ਮਿਲਿਆ ਹੈ ਇਹਦੀ ਇੱਕ ਅੱਖ ਦੀ ਇੱਕ ਪਿਪਣੀ ਦੇ ਵਾਲ ਦੇ ਮੁੱਲ ਦਾ ਵੀ ਨਹੀਂ ਜਿਹੜਾ ਕੁਝ ਸਾਡੇ ਕੋਲ ਹੈ ਛੋੜੋ ਤੱਸੇ ਛੱਸੇ ਅਗਾਂ ਚਲਾਏ ਪਾਣੀ ਛਾਣੀ ਦੀ ਜ਼ਰੂਰਤ ਨਹੀਂ ਮੰਡੀ ਚਲਾਏ ਮਤਾ ਕੋਈ ਇਹਦਾ ਸਾਈ ਆ ਵਣੇ ਇਹੋ ਜਿਹੀਆਂ ਚੀਜ਼ਾਂ ਨੇ ਖਸਮੀਆਂ ਤਾਂ ਨਹੀਂ ਆਉਂਦੀਆਂ ਜ਼ਰੂਰ ਦੱਖ ਉਹ ਜਿਨ੍ਹਾਂ ਦੇ ਵੇਖਣ ਵਾਸਤੇ ਦੁਨੀਆ ਹੈਰਾਨ ਏ ਜਿਨ੍ਹਾਂ ਦੇ ਵੇਖਣ ਵਾਸਤੇ ਦੁਨੀਆ ਤਰਸਦੀ ਏ ਇਹੋ ਜਿਹੀਆਂ ਚੀਜ਼ਾਂ ਨੂੰ ਖੂਹ ਵਿੱਚ ਕੌਣ ਸਟੈਂਦਾ ਹੈ ਕਿਵੇਂ ਅਵੱਲੀ ਸਵੱਲੀ ਤਕਦੀਰ ਦੇ ਤੀਰ ਲੱਗ ਗਏ ਜਲਦੀ ਚੱਲੋ ਮੰਡੀ 'ਚ ਵੰਜ ਕੇ ਤੋੜੇ ਪੈਸੇ ਅਸਾਂ ਸਾਰੇ ਵੱਟ ਲਵਾਂ ਇਹਦੇ ਕੋਲੋਂ ਕਿ ਕਿਤੋਂ ਨੇ ਵਸ਼ਰ ਹੋ ਬੇਸਾਮਾਨਿਨ ਬਖਸਿਨ ਦਰਾ ਮਾਦੂਦਾ ਮੰਡੀ 'ਚ ਪਹੁੰਚ ਗਏ ਹਨੇਰੇ ਨਮਾਜ਼ ਲਈ ਮੰਡੀ ਲੱਗਦੀ ਆਈ ਰਾਤੀ ਕੋ ਕੋੜੂਟ ਸ਼ੁਰੂ ਹੋ ਵੈਂਦੀ ਆਈ ਇਤਫਾਕੀ ਉਸ ਦਿਹਾੜੇ ਵਜ਼ੀਰ ਆਜ਼ਮ ਅਜ਼ੀਜ਼ ਮਿਸਰ ਦਾ ਉਹ ਜਿਹੜਾ ਵਜ਼ੀਰ ਆਜ਼ਮ ਆ ਇਤਫਾਕੀ ਉਹ ਵੀ ਜਲਦੀ ਆਇਆ ਹੈ ਮੰਡੀ ਦੇ ਨਾਲੋਂ ਫੇਰਾ ਮਾਰਨ ਲੱਗਾ ਹੈ ਜਿਹੜੇ ਨਾਲੋਂ ਆਉਂਦਾ ਹੈ ਤਾਂ ਮਲੂਮ ਆਉਂਦਾ ਹੈ ਵਿੱਚ ਉਦੇ ਚੜਿਆ ਖਲਾ ਹੈ ਰੋਸ਼ਾ ਨੇ ਰਾਤ ਅੰਧੇਰੀ ਆਈ ਅਜੇ ਤੋਣੀ ਪੁੱਛਦਾ ਯਾਰ ਕਈ ਬੱਤੀ ਬਾਲੀ ਨੇ ਕੇ ਕੀਤਾ ਨੇ ਤੇ ਕਈ ਬੱਤੀ ਬਾਲੀ ਨੇ ਉਹ ਦਿਨ ਬੱਤੀ ਛੱਤੀ ਕਾਈ ਨੀ ਬਾਲੀ ਇਹ ਚਿਰਾਗ ਬਲਦਾ ਖਲਾ ਹੈ ਅੱਲਾ ਦਾ ਲਾਲ ਟੀਨ ਕਾਈ ਸ਼ੈ ਨਹੀਂ ਬਾਲੀ ਇਤਫਾਕ ਵੱਤੋਂ ਜਲਦੀ ਦੌੜ ਕੇ ਆਉਂਦਾ ਆਉਂਦਾ ਹੈ ਖਬਰਦਾਰ ਮਤਾ ਕੋਈ ਇਹਦਾ ਖਰੀਦਾਰ ਪਿਆ ਬਣੇ ਇਹੋ ਜਿਹਾ ਚਮਕਾਰ ਤਾਂ ਮੈਨੂੰ ਚਾਹੀਦਾ ਹੈ ਅਸਾਨਾ ਖਰੀਦ ਕਰਕੇ ਲੈ ਗਿਆ ਹੈ ਮੰਗਿਆ ਕਿਤਨਾ ਕੁਝ ਮੀਆਂ ਮੰਗਦੇ ਹੋ ਉਹਨਾਂ ਆਖਿਆ ਜਿਹੜਾ ਕੁਝ ਦੇਵੇ ਚਾਹ ਕਿਉਂ ਉਹਨਾਂ ਨੂੰ ਜੋ ਪਤਾ ਚੋਰੀ ਦਾ ਮਾਲ ਹੈ ਕੋਈ ਮਾਲਕ ਪਿੱਛੋਂ ਆ ਵਣੇ ਤਾਂ ਕਿ ਨਹੀਂ ਇਹ ਟੱਕੇ ਤੋਂ ਵੀ ਨਾ ਰਹਿ ਵਣਾ ਹੈ ਕਾਨੂ ਫੀਏ ਮਿਨ ਜ਼ਾਹਿਦੀਨ ਇਸ ਵਾਸਤੇ ਜਿਹੜੇ ਪੈਸੇ ਦਿੱਤੇ ਉਸ ਲੈ ਕੇ ਲਗਾ ਗਿਆ ਆਪ ਪਿੱਛੋਂ ਪਿਆ ਟੁਰਦਾ ਹੈ ਤੇ ਯੂਸਫ ਨੂੰ ਅੱਗੋਂ ਹੀ ਦਾ ਘਰ ਜਿਹੜੇ ਬੜੇ ਆਏ ਅਜ਼ੀਜ਼ ਮਿਸਰ ਦਾ ਹੈ ਉਹ ਮੀਆਂ ਵਜ਼ੀਰ ਆਜ਼ਮ ਹੈ ਆਪਣੀ ਬੀਵੀ ਨੂੰ ਆਦਾ ਹੈ ਫਿੱਟੀ ਹੋਈ ਨੂੰ ਜਾਣਦਾ ਹਾਂ ਉਹਦੀਆਂ ਆਦਤਾਂ ਅੱਗੇ ਬਈ ਇਹ ਖਰਥੀ ਨਹੀਂ ਤੇ ਇਹ ਤਾਂ ਇੱਕ ਚੀਜ਼ ਹੋਈ ਅਨਮੋਲ ਜੌਹਰ ਪਿਆ ਦੇਣਾ ਪਰ ਖੈਰ ਹਾਲੇ ਛੋਟਾ ਹੈ ਆਦਾਇਆ ਕਰੇ ਮੀ ਮਸਵਾ ਏ ਬੀਵੀ ਇਹਨੂੰ ਛੋਰ ਨਾ ਸਮਝੇ ਇਹਨੂੰ ਇੰਨੇ ਸਮਝੇ ਜਿਵੇਂ ਤੇਰਾ ਪਿਓ ਵੇ ਅਕਰਮੀ ਮਸਵਾ ਇਹਦੀ ਤਾਜ਼ੀਮ ਇੰਨੇ ਕਰੇ ਜਿਵੇਂ ਪੀਰ ਮੁਰਸ਼ਦ ਦੀ ਤਾਜ਼ੀਮ ਕਰਨ ਦੀ ਕਰੀਂਦੀ ਏ ਤੇ ਜਿਵੇਂ ਪਿਓਵਾਂ ਦੀ ਖਿਦਮਤ ਕਰੀਂਦੀ ਏ ਇਸ਼ਾਰਾ ਕੀਤਾ ਜੋ ਮਤਕ ਭੈੜੀ ਅੱਖ ਨਾਲ ਪਏ ਵੇਖੇ ਤੇਰ ਅੱਲਾ ਦੇ ਰਸੂਲ ਫਰਮਾਇਆ ਤਰਾਏ ਬੰਦੇ ਕਾਫਰਾਂ ਵਿੱਚੋਂ ਚੋਟੀ ਦੇ ਦਨਾ ਗੁਜ਼ਰੇ ਉਹਨਾਂ ਕਾਫਰਾਂ ਵਿੱਚੋਂ ਇੱਕ ਇਹ ਕਾਫਿਰ ਹੈ ਅਜ਼ੀਜ਼ ਮਿਸਰ ਅੱਲਾ ਮਗਰ ਦਨਾ ਇਤਨਾ ਹਾ ਕਿ ਉਸ ਤਿੜਕੀ ਦੇ ਵਿੱਚ ਉਹਦੇ ਨਾਲ ਦਾ ਦਨਾ ਕੋਈ ਨਾ ਵਤ ਅੱਗੋਂ ਅੱਲਾ ਦਾ ਰਸੂਲ ਆਦਾ ਜਿਤਨਾ ਦਨਾ ਜ਼ਿਆਦਾ ਉਤਨਾ ਦੱਲਾ ਹੀ ਆ ਕਾਨ ਕਲੀਲ ਅਲ ਗੈਰਤ ਦਯੂਸਨ ਗੈਰਤ ਦਾ ਥੋੜ੍ਹਾ ਹਾ ਜੇ ਕੋਈ ਗੱਲ ਇਹੋ ਜਿਹੀ ਹੋਵੇ ਹਾ ਤਾਂ ਅੱਖੀ ਦੂਏ ਪਾਸੇ 'ਚ ਫਿਰੇਦਾ ਮਗਰ ਭਾਵੇਂ ਜਿਹੜਾ ਦੱਲਾ ਤੇ ਬੇਗੈਰਤੀ ਬੰਦਾ ਹੋਵੇ ਕਦਾਂ ਹੀ ਨਾ ਕਦਾਂ ਅੰਦਰ ਨਫਸਾਨੀਅਤ ਰਹੂ ਨਤ ਆਉਂਦੀ ਤਾਂ ਹੈ ਨਾ ਬਈ ਇਹ ਗਮ ਨਾ ਹੋਵੇ ਆ ਮੇਰੇ ਘਰ 'ਚ ਤਾਂ ਚੰਗਾ ਹੈ
ਮੁੜ ਤੂੰ ਵੇਦਾ ਜੋ ਮੁੜ ਟੁੱਕਰ ਕੋਈ ਨਹੀਂ ਲੱਭਣਾ, ਮੁੜ ਪਿੰਦੇ ਨੂੰ ਖਰੈਦ ਕਰਨੀ ਦੇਣੀ, ਮੁੜ ਆਦਾ ਅੱਛਾ ਫਾਤੋ ਜਿਵੇਂ ਮਰਦੀ ਆ ਵੀ ਕਰ ਵਧੀ ਬੱਖੋ ਟੁੱਕਰ ਤਾਂ ਮੈਨੂੰ ਵੇਲੇ ਨਾਲ ਪਕਾ ਕੇ ਦਿੱਤਾ ਜਗ੍ਹਾ ਉਂਝ ਆਪ ਹੈ ਤੇ ਆਦਾ ਤਾਂ ਆਪ ਗੱਤੀ ਇਸ ਜੇ ਲਿਆ ਤਾਂ ਵਹਿੰਦੀ ਪਈ ਮੁੜ ਦੁਕਾਨ ਦੇ ਉੱਤੇ ਤਾਂ ਮੁੜ ਮੇਰੇ ਵਾਸਤੇ ਇੱਕ ਸੋਬ ਵੀ ਲਈ ਆਵੇ ਤੰਬਾਕੂ ਦਾ ਉਹ ਆਦੀ ਇਹ ਪੈਸੇ ਤਾਂ ਮਰ ਗਿਆ ਹੈ ਇਹਨੂੰ ਆਖੇ ਜਿਵੇਂ ਪੁੱਠੀ ਸਿੱਧੀ ਉਵੇਂ ਲਈ ਆਵੇ ਹੁਣ ਇੱਕ ਦੀ ਜਾ ਤੇ 200 ਲੈ ਕੇ ਆਵੇ ਤਾਂ ਉਹਦਾ ਕਿਹੜਾ ਕਸੂਰ ਹੈ ਹਾਂ ਇਹ ਜੋ ਪਰੋਪੀ ਆਟ ਦੀ ਵਜਾ ਕੇ ਤੁਰਾ ਘੱਟ ਕੇ ਦੱਲਾ ਤੇ ਪਰਦੱਲਾ ਵਧਾ ਹੈ ਇਸ ਨੂੰ ਇਹ ਹੀ ਪਤਾ ਨਹੀਂ ਬਈ ਬੈਤੁੱਲਾ ਦੇ ਅੰਦਰ ਔਰਤ ਅਗਰ ਵਜੇ ਤੇ ਆਪਣੇ ਮਹਰਮ ਤੋਂ ਬਗੈਰ ਵਜੇ ਤਾਂ ਅੱਲਾ ਦਾ ਇੱਦੇ ਆਵਣ ਵਾਲੀ ਤੇ ਲਾਨਾ ਤੇ ਪਿਓ ਚਾਚਾ ਭਰਾ ਅਗਰ ਸੱਕੇ ਮਹਰਮ ਨਾ ਹੋਵੇ ਤਾਂ ਬੈਤੁੱਲਾ ਦੀ ਹਾਜ ਤੇ ਹੀ ਨਹੀਂ ਵੰਜ ਸਕਦੀ ਤੇ ਇਹ ਇਕੱਲਾ ਟੋਰ ਛੁੜਦਾ ਵੰਜ ਕੇ ਮਨਜ਼ੂਰ ਸ਼ਾਹ ਕੋਲੋਂ ਤਵੀਦ ਲਾਇਆ ਹਾਂ ਉਹ ਤਾਂ ਤੇਰਾ ਫਣਵਈਆ ਲੱਗਦਾ ਹੋਇਆ ਤਾਂ ਹੀ ਨਜਾਇਜ਼ ਆਈ ਤੈਨੂੰ ਗਲਣਾ ਆਪਣੀ ਔਰਤ ਨੂੰ ਚੇਜ ਆਇਆ ਕਿ ਹੋਇਆ ਛੇਤਾ ਵਿਗਾੜ ਫੇਰੇ ਦਾ ਬੈਤੁੱਲਾ ਦੇਰ ਨਹੀਂ ਵੰਜ ਸਕਦੀ ਤੇ ਇੱਦੇ ਵੰਜ ਸਕਦੀ ਹੈ ਕਿਉਂ ਮਲੂਮ ਹੁੰਦਾ ਕੋਈ ਨਵੀਂ ਸ਼ਹਿਰ ਡਿੱਠੀ ਖਲੀ ਹੈ ਉਸ ਨਾਲੋਂ ਮਤ ਦਿਲਾ ਇਹ ਹੈ ਜਿਹੜਾ ਆਪਣੀ ਧੀ ਭੈ ਨੂੰ ਟੋਰ ਛੁੜਦਾ ਵੰਜ ਮੁੜ ਲਾਇਆ ਜਿਵੇਂ ਮਰਦੀ ਜਾਂਦੀ ਹੈ ਕਈ ਸਮਝ ਆਉਂਦੀ ਪਈ ਨੇ ਅਕਲ ਨਾ ਹੋਵੇ ਤਾਂ ਬੰਦਾ ਉੱਕਾ ਜੰਮਣ ਦੀ ਤਕ ਸੋਹਣਾ ਬਾਬਾ ਸੋਹਣ ਹਾਂ ਅਕਰਮੀ ਮਸਵਾ ਅਸਾ ਆਈਆਂ ਫਾਨਾ ਔਨ ਤਖਿਜ਼ਹੁਵਲਦਾ ਖਿਆਲ ਕਰੇ ਨੂੰ ਪਿਓ ਦੀਆਂ ਨਜ਼ਰਾਂ ਨਾਲ ਵੇਖੇ ਮਤੈ ਦਰ ਫਿੱਟੀਆਂ ਤੇ ਤਿਰਛੀਆਂ ਅੱਖੀ ਨਾਲ ਪਈ ਵੇਖੇ ਹੋ ਸਕਦਾ ਸਾਨੂੰ ਇਹ ਨਫਾ ਦੇਵੇ ਜਾਂ ਇਹਨੂੰ ਪੁੱਤਰੇ ਲਾ ਬਣਾ ਲਵਾ ਉਸ ਕਿਹਾ ਕਿ ਪੁੱਤਰੇ ਲਾ ਇਹ ਨਸੀਹਤ ਤਾਂ ਹੀ ਕੀਤੀ ਜੋ ਉਹਦੀਆਂ ਆਦਤਾਂ ਜਾਣਦਾ ਬਈ ਇਹ ਰਾਂਦੀ ਕਹੇ ਨਾ ਲੋ ਕਿਉਂ ਜੋ ਅੱਗਾ ਤੁਹਾਨੂੰ ਅੱਜ ਪਤਾ ਲੱਗ ਸੀ ਜਿਹੜੇ ਯੂਸਫ ਅਲੈਹ ਸਲਾਮ ਨੂੰ ਉਸ ਬਦਨਾਮ ਕੀਤਾ ਨਾ ਉਸ ਰੰਨ ਤਾਂ ਉਸ ਵੇਲੇ ਜਿਹੜੇ ਪਤਾ ਲੱਗ ਗਿਆ ਜੋ ਕਸੂਰ ਯੂਸਫ ਦਾ ਕੋਈ ਨਹੀਂ ਤਾਂ ਉੱਧਰ ਮੂੰਹ ਕਰਕੇ ਆਪਣੀ ਸਵਾਣੀ ਦੇ ਰਾਦਾ ਇੰਨਾ ਕਿ ਕੁੰਨ ਤੇ ਮਿਨਲ ਖਾਤ ਇਨ ਤੇਰੇ ਪਿਛਲੇ ਕੰਜਰ ਹੀ ਨਹੀਂ ਆਉਣ ਇੰਨਾ ਕਿ ਕੁੰਨ ਤੇ ਮਿਨਲ ਮੌਲਵੀਆਂ ਤੇ ਕਈ ਜਾਣੇ ਇਸ ਨੂੰ ਭੈਣ ਬਣਾਇਆ ਸਨ ਬੀਬੀ ਸਲੀਖਾ ਤੇ ਬੀਬੀ ਸਲੀਖਾ ਅਸਾਂ ਆਖਿਆ ਬਈ ਅਸਾਂ ਬਾਬੇ ਯੂਸਫ ਦੇ ਨੇੜੇ ਤੁਹਾਡੀ ਬੀਬੀ ਨਹੀਂ ਆਵਣ ਦੇ ਯੂਸਫ ਯੂਸਫ ਅਲੈਹ ਸਲਾਮ ਦੇ ਘਰ ਉਹ ਬੀਬੀ ਉਹ ਸੀ ਜਿਹੜੀ ਉਨੇ ਪਾਕ ਹੋਵੇ ਜਿਵੇਂ ਯੂਸਫ ਆਪ ਪਾਕ ਹਾ ਪੈਗੰਬਰ ਦੀ ਘਰ ਵਾਲੀ ਉਨੇ ਪਾਕ ਹੁੰਦੀ ਹੈ ਕਿਰਦਾਰ ਚ ਮਾਸੂਮ ਹੁੰਦੀ ਹੈ ਜਿਵੇਂ ਖੁਦ ਪੈਗੰਬਰ ਮਾਸੂਮ ਕੱਲ ਨੂੰ ਜਿਹੜੀ ਹੈ ਵਹਿਲੀ ਬੱਕਰੀ ਛੁੱਟੀ ਵਤੀ ਅੱਜ ਯੂਸਫ ਅਲੈਹ ਸਲਾਮ ਦੇ ਘਰ ਹੋਵੇ ਅੱਲਾ ਨੂੰ ਦੂਏ ਸਾਹ ਕੋਈ ਨਾ ਲੱਥੇ ਅੱਲਾਹ ਅੱਲਾ ਤਵੱਜੋ ਕਰ ਈਮਾਨ ਨੂੰ ਖਰਚ ਹੋਵਣ ਕੋਲੋਂ ਬਚਾਇਆ ਹੈ ਤਾਂ ਯੂਸਫ ਅਲੈਹ ਸਲਾਮ ਬਚਾਇਆ ਹੈ ਤੇ ਉਸ ਦਿਹਾੜੇ ਜਿਹੜੀ ਈਦ ਯੂਸਫ ਦੀ ਬਣੀ ਹੈ ਇਹੋ ਜਿਹੀ ਈਦ ਵਤ ਕਿਆਮਤ ਤੋੜੀ ਕਹਿੰਦੀ ਨਹੀਂ ਬਣ ਸਕਣੀ ਪਲਦਾ ਰਿਹਾ ਅੱਜ ਕੱਲ੍ਹ ਉਸ ਵੀ ਥੱਲਿਓ ਆਪਣੀ ਨੀਅਤ ਨੂੰ ਬਦਲ ਕੇ ਖਾਵਣਾ ਸ਼ੁਰੂ ਕਰ ਦਿੱਤਾ ਖਾਂਦੇ ਗਰੀਆਂ ਤੇ ਬੈਦਾਮ ਬੜੇ ਬੜੇ ਜਵਾਨ ਉਹਦੇ ਵਿੱਚ ਵੜਿਆ ਵਧਾ ਸ਼ੈਤਾਨ ਤਾਂ ਯੂਸਫ ਨੂੰ ਆਦੀ ਆਈ ਜਲਦੀ ਹੋਵੇ ਜਵਾਨ ਨਾਲੇ ਟੁੱਟੇ ਨਾ ਮੇਰਾ ਮਾਣ ਖਵਾ ਖਵਾ ਕੇ ਅੱਲਾ ਫਰਮਾਉਂਦਾ ਫਲੰਮਾ ਬਲਗ ਹਾਏ 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 ਅੱਲਾ ਪਾ ਕੇ ਨਿਸ਼ਾਨੇ ਉਹ ਛੁੱਟੇਂਦਾ ਹੈ ਨਾ ਫਲੰਮਾ ਬਲਗ ਅਸ਼ੁੱਧਹੁ ਵਸਤਵਾ ਫਲੰਮਾ ਬਲਗ ਅਸ਼ੁੱਧਹੁ ਜਿਹੜੇ ਵੇਲੇ ਕੜਿਅਲ ਜਵਾਨੀ ਵਾਲਾ ਹੋ ਗਿਆ ਬਾਡੀ ਬਿਲਡਰ ਹੋ ਗਿਆ
ਜਿਹੜੇ ਵੇਲੇ ਵਸਤਵਾ ਇਹਦਾ ਸਿੱਧਾ ਸਰੂ ਤਰ੍ਹਾਂ ਕੱਦ ਨਿਕਲਿਆ ਯੂਸਫ ਅਲੈਹ ਸਲਾਮ ਦਾ, ਜੋ ਤੁਰਿਆ ਤਾਂ ਜ਼ਮੀਨ ਚ ਧਮਕ ਤੇ ਹਮਕ ਤੇ ਜ਼ਮਕ ਤੇ ਝਲਕ ਆਂਦੀ ਆਈ, ਜ਼ਮੀਨ ਧਮਕਾਰ ਪਈ ਮਚਾਈਂਦੀ ਆਈ। ਜਿਹੜੇ ਵੇਲੇ ਤੁਰਿਆ ਮਲੂਮ ਹੁੰਦਾ ਜ਼ਮੀਨ ਤੱਲੇ ਲਾਂਦੀ ਪਈ ਏ ਤੇ ਪੈਰ ਜਣੇ ਦਾ ਖੁਭਦਾ ਵੈਂਦਾ। ਜਿਹੜੇ ਪਾਸੇ ਚ ਵੇਖਿਆ ਬੰਦਿਆਂ ਦੀਆਂ ਅੱਖੀ ਤੱਲੇ ਢਹਿ ਪੰਬਦੀਆਂ, ਉਹ ਵਿੱਚੇ ਵਿੱਚੇ ਗਿਰਦੀ ਆਈ ਤੇ ਜੁੜਦੀ ਆਈ ਤੇ ਬਣਦੀ ਆਈ। ਇੱਕ ਦਿਹਾੜੇ ਆਖਣ ਲੱਗੀ ਉਹਨੇ ਦੇ ਵਿੱਚ ਕੁਛ ਹੈ ਸਮਾਂਦੀ ਕਾਈ ਨਹੀਂ, ਖਵਾ ਪਿਵਾ ਕੇ ਰਾਵਦਤ ਹੁਲਤੀ ਹੋਵਾ ਫੀ ਬੈਤਿਹਾ, ਤਾਂ ਜੋ ਉਸਨੇ ਥੋੜੀ ਜਿਹੀ ਅਟਕੇਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੁਦ ਗੁਦਾਹਟ ਕਰੇ, ਗੁਣ ਗੁਨਾਹਟ ਕਰੇ, ਚੋਚਲੇ ਕਰੇ ਤੇ ਯਈ ਯਈ ਕਰੇ ਤੇ ਕਦੇ ਅੱਗੋਂ ਪਿੱਛੋਂ ਹੋਵੇ। ਯੂਸਫ ਅਲੈਹ ਸਲਾਮ ਆਪਣੇ ਚਿਹਰੇ ਦੇ ਤੇਵਰ ਨੂੰ ਕਦੇ ਬਦਲਣ ਨਹੀਂ ਦਿੱਤਾ। ਉਹਨੇ ਤਰ੍ਹਾਂ ਮਲੂਮ ਹੁੰਦਾ ਉਹ ਉਹਦੇ ਨਾਲ ਪਲਟੀ ਪਈ ਏ ਤੇ ਉਹ ਉਹਦੇ ਚੁੱਪ ਕਰਕੇ ਯਾਰ ਗੁਲੇਂਦਾ ਵਧੇ। ਹੱਤਾ ਕੇ ਇੱਕ ਦਿਹਾੜੇ ਬਾਰਾਂ ਦਰੀ ਕੋਠੀ ਦੇ ਅੰਦਰ ਦਰਵਾਜ਼ੇ ਮੁਸਲਸਲ ਹਨ ਸੱਤ, ਇੱਕ ਦਰਵਾਜ਼ੇ ਚ ਵੜੀ ਤੇ ਆਦੀ ਆ ਯੂਸਫ ਇੱਕ ਕੰਮ ਕਰਨਾ, ਫਲਾਣੀ ਸ਼ਾਇ ਕੱਢ ਕੇ ਲੈ ਆਵਣੀ, ਆਪ ਹੀ ਸਿੰਭੀ ਵਧੀਏ ਜਿਤਨਾ ਕੁਝ ਹੁਸਨ ਬਣਾ ਸਕਦੀ ਆਈ। ਅੱਲਾ ਦੀਆਂ ਰੱਖਾਂ ਨੋਵਨ ਤਾਂ ਕੁਝ ਨਹੀਂ ਬਣਦਾ, ਨਾ ਕੋਈ ਮੌਲਵੀ ਬਚ ਸਕਦਾ ਰੇ, ਨਾ ਕੋਈ ਪੀਰ, ਨਾ ਕੋਈ ਸ਼ਾਹ, ਨਾ ਕੋਈ ਗਦਾ। ਇਹ ਹੋਵੇ ਰੱਖਾਂ ਕਹਿੰਦੀਆਂ ਤੇ ਰੱਖਾਂ ਪੰਬਦੀਆਂ ਉਸੇ ਨੂੰ ਹੀ ਨੇ ਜਿਹੜਾ ਦਿਲ ਚ ਸੋਚ ਲਵੇ ਅੱਲਾ ਤੇਰੇ ਬਗੈਰ ਮੇਰਾ ਬੋਲਣ ਦੀ ਤਾਕਤ ਇਕਾਈ ਨਹੀਂ, ਜਿਹੜੀ ਤੌਫੀਕ ਦੇਣੀ ਹੈ ਕਹਿ ਦੇਣੀ। ਜਿਹੜਾ ਲਾ ਬੋਕਾ ਇੰਝ ਕਰਕੇ ਅੱਲਾ ਦੇ ਅੱਗੋਂ ਸੱਟੇ ਚਾ ਉਹ ਬਦਕਾਰੀ ਨਹੀਂ ਕਰ ਸਕਦਾ, ਕਿਉਂ ਜੋ ਅੱਲਾ ਉਹਦਾ ਜ਼ਿੰਮੇਵਾਰ ਬਣ ਵੈਂਦਾ ਹੈ। ਹੁਣ ਮੈਂ ਤੇਰੀ ਰਖਵਾਲੀ ਆਪ ਕਰੇ ਸੀ। ਯੂਸਫ ਅਲੈਹ ਸਲਾਮ ਨੂੰ ਜਿਹੜੇ ਦਰਵਾਜ਼ੇ ਚੋਂ ਅੰਦਰ ਵੰਨੇ ਪਿੱਛਾਂ ਹਟ ਕੇ ਉਹਦਾ ਕੁੰਡਾ ਚ ਦੇਵੇ, ਤਾਲਾ ਚ ਦੇਵੇ ਤੇ ਫਾਤੇ ਜੂਣੇ, ਕੱਚਾ ਤਾਂ ਨਹੀਂ ਭਰਿਆ ਖਲਾ। ਮੁੜ ਦੂਆ ਕੋਠਾ, ਤ੍ਰੀਆ ਕੋਠਾ, ਸੱਤਵੇਂ ਕੋਠੇ ਦੇ ਅੰਦਰ ਲੈ ਗਈਏ। ਯੂਸਫ ਅਲੈਹ ਸਲਾਮ ਚੁੱਪ ਕਰਕੇ ਲਗਾ ਗਿਆ, ਮਲੂਮ ਹੁੰਦਾ ਕੋਈ ਉਹਨੂੰ ਕਾਨੇ ਚਾਹਦਾ, ਤੂੰ ਲਗਾ ਵੰਜ ਤੇ ਵਤ ਆ ਲਗਾਵੇ, ਲਗਾ ਬਣ ਜਿਵੇਂ ਆਉਂਦਾ ਪਿਆ। ਵੇਖਿਆ ਇੱਕ ਵਾਰੀ ਯੂਸਫ ਅਲੈਹ ਸਲਾਮ ਨੇ ਕਿ ਉਹ ਕੁੰਡਾ ਦਿੰਦੀ ਪਈ ਏ ਤੇ ਤਾਲਾ ਮਾਰ ਕੇ ਵੱਤ ਉਹਨੂੰ ਫੁੜੇਂਦੀ ਪਈ ਏ। ਜਲੇ ਸੱਤਵੇਂ ਕੋਠੇ ਚ ਗਈ ਏ, ਉੱਥੇ ਵੰਜ ਕੇ ਯੂਸਫ ਅਲੈਹ ਸਲਾਮ ਖਲਾ ਏ। ਅੱਲਾ ਅੱਲਾ ਕਰਨਾ ਕਿ ਆਉਂਦਾ ਹੈ? ਅੱਲਾ ਫਰਮਾਂਦਾ ਵਾਲਾ ਕਦ ਹਮਤ ਬਹੀ وهم بها لولا ارى برهان ربي ولقد همت به وهم بها خدا پاک دی قسم اللہ فرماتا میں تو جاتی پائی کلام ਮੈਂ ਤਾਂ ਨਿਚਾ ਕੇ ਖਲਵੇ ਦਾਮ ਬਤ ਮੇਰੇ ਜਿਹੜੇ ਸੋਹਣੇ ਬੰਦੇ ਤੇ ਮੁਖਲਿਸ ਹੋਵੇ ਨੇ ਉਹਨਾਂ ਨੂੰ ਤਾਂ ਮੈਂ ਨਿਚਾ ਕੇ ਵੇਖ। ਰਸੂਲੁੱਲਾ ਨੂੰ ਅੱਲਾ ਪਾਕ ਨਾ ਹੀ ਆਖਿਆ, ਤੂੰ ਜਿਹੜੇ ਕੁਰਾਨ ਪੜ੍ਹਨਾ ਤਾਂ ਮੈਂ ਆਪਣੇ ਰਹਿਮਤ ਦੇ ਕੰਨ ਲਾ ਕੇ ਸੁਣਨਾ, ਕਾਰੀ ਤੂੰ ਉਹਨਾਂ ਤੇ ਸਾਹਮਣੇ ਮੈਂ ਹੋਣਾ। ਤੇ ਮੁੜ ਰਾਤੀ ਉੱਠ ਕੇ ਸ਼ਬੀ ਨਾ ਪੜਿਆ ਕਰ, ਯਾ ਯੁਹਲ ਮੁਜ਼ੰਮਿਲ ਕੋ ਮਿਲ ਇਲਾ ਕਲੀਲਨ ਨਿਸਫਹੁ ਅਵਨ ਕੋ। ਰਾਤੀ ਜਿਹਲੇ ਬੰਦੇ ਸਾਹਮ ਪਵੇ ਨਾ ਉੱਠ ਕੇ ਤੂੰ ਸ਼ਬੀਨਾ ਪੜਿਆ ਕਰ, ਉਹ ਤਹੱਜਤ ਚ ਕੁਰਾਨ ਪੜਿਆ ਕਰ। ਤੁਹਾਡੇ ਸ਼ਬੀਨੇ ਤਾਂ ਇੰਨਾ ਜੋ ਬੰਦਾ ਬੁੱਢੂ ਆਪਣੀ ਔਰਤ ਨਾਲ ਗੱਲ ਹੀ ਨਹੀਂ ਕਰ ਸਕਦਾ, ਇੰਜ ਹੈ ਨਾ? ਬੇਬੇ ਬੇਬੇ ਸੱਡੇ ਰੱਖੇ ਤਾਂ ਵੱਖਰੀ ਗੱਲ ਹੈ, ਨਹੀਂ ਤਾਂ ਦੂਈ ਗੱਲ ਆਪਣੀ ਔਰਤ ਨਾਲ ਨਹੀਂ ਕਰ ਸਕਦਾ ਜੇ ਤੜਾਰ ਚੜਿਆ ਖਲਾਉਂਦਾ। ਤੇ ਕਮਾਲ ਇਹ ਜੀ ਚਾਰ ਸਿਪਾਰੇ ਜੋ ਇੱਕ ਪੜਦਾ ਹੈ ਵੰਜ ਤਰਾ ਸਿਗਰਟਾਂ ਪਹਿਲੂ ਪੀ ਕੇ ਅਸੀਂ ਬੋਣਾ ਪੜ ਕੇ ਜੇ ਪੜਾਵਾਂ ਵਾਲੇ ਲਾਂਤੀ ਤੇ ਜੇ ਪੜਨ ਵਾਲੇ ਤਾਂ ਖੱਲਾ ਪਿਓ ਗਏ ਪੁਸੇ ਹੋਇਆ 5 ਕਿਲੋ ਦਾ ਅੱਧ ਪਾ ਹੋਵੇ ਦੂਆ ਸਰਿਓਂ ਦਾ ਤੇਲ ਤੇ 1.5 ਕਿਲੋ ਹੋਵੇ ਵਿੱਚ ਪਾਣੀ, ਉਹਦੇ ਵਿੱਚ ਕੁਰਾੜੀ ਚੱਤੀ ਵਾਲਾ ਪਿਓ ਹੋਵੇ ਪੁਸਿਆ ਸਮਝਿਆ ਤੇ ਬੰਦਾ ਫਾਤੇ ਤੇ ਡੋਰੇ ਤੇ ਅੰਨੇ ਨੂੰ ਆਖੇ ਕੁੱਟ ਸਾਰਾ ਆਮਦੇ ਨੂੰ ਜਿਸ ਤਰ੍ਹਾਂ ਵਰਦੀ ਜਾਂਦੇ ਜੇ ਲਸੋ ਤੇ ਵੰਨੇ ਆਖੇ ਯਾਰ ਚੇਤਾ ਭੁੱਲ ਗਿਆ ਮੋੜ ਬੁੱਢੂ ਸ਼ੁਰੂ ਕਰੇ ਨੇ।
ਫਰਮਾਂਦਾ ਤੂੰ ਰਾਤੀ ਸ਼ਬੀ ਨਾ ਉੱਠੀ ਤੇ ਭਰਿਆ ਕਰ, ਲੋਕ ਸੁੱਤੇ ਪਏ ਹੋਵੇ ਨੇ ਤੇ ਹੋਰ ਕੋਈ ਨਾ ਹੋਵੇ, ਅੱਲਾ ਹੋਰ ਕਿਉਂ ਕੋਈ ਨਾ ਹੋਵੇ? ਆਖੇ ਮੈਂ ਨਵੇਂ ਇਕੱਲਾ ਸੁਣਨਾ, ਮੈਂ ਸੁਣਨਾ, ਪੜ੍ਹਨ ਵਾਲਾ ਤੂੰ ਹੋਵੇ ਤੇ ਸੁਣਨ ਵਾਲਾ ਮੈਂ ਹੋਵਾਂ। ਅੱਲਾ ਇਹਨਾਂ ਦੇ ਨੇੜੇ ਨਾ ਗਏ ਕਰੋ, ਸ਼ਬੀਨੇ ਵਾਲੇ ਦੇ ਨੇੜੇ ਹੋ ਸਕੇ ਤਾਂ ਭੁੱਖਾਂ ਵੇ ਖੱਲੇ ਮਾਰੇ ਕਰੋ ਇਹਨਾਂ ਨੂੰ। ਖੁਦਾ ਦੇ ਕੁਰਾਨ ਦੀ ਇਤਨੀ ਤੌਹੀਨ ਕਿਉਂ ਕਰੇ? ਜੈ ਲੱਤ ਸ਼ੋਧਿਆ ਸਮਝਣ ਹੋਇਆ ਜੋ ਮੁੜ ਕੇ ਮੈਂ ਮੀਆਂ ਕੁਰਾਨ ਪੇ ਪੜ੍ਹੀ। ਇੱਕ ਸਾਥੀ ਆ ਸਾਡਾ, ਉਸ ਮੰਨਤ ਮੰਨੀ, ਮੈਂ ਆਖਿਆ ਪੜ੍ਹੀ ਨਾ ਕੁਰਾਨ ਅਲਾਮਾ ਸਾਹਿਬ। ਮੈਂ ਆਖਿਆ ਵਤ ਠੀਕ ਹੈ ਪੜ੍ਹਾ ਭਾਈ। ਜਿਹੜੇ ਸਾਰੇ ਇਕੱਠੇ ਹੋ ਗਏ, ਲੋਕ ਹੀ ਆ ਗਏ, ਮੈਂ ਆਖਿਆ ਬਾਈ ਨਫਲੀ ਦੇ ਵਿੱਚ ਪੜ੍ਹਨਾ ਹੀ ਨਹੀਂ ਤੇ ਜਿਹੜਾ ਬੰਦਾ ਇੱਥੋਂ ਬਾਹਰ ਨਿਕਲਿਆ ਪੰਜ ਖੱਲੇ ਠੁਕੇ ਤਾਂ ਉਹਦੇ ਮੂੰਹ ਤੇ। ਸਾਰੀ ਰਾਤ ਆ ਮੈਂ ਅੰਦਰੋਂ ਕੁੰਡਾ ਚ ਦਿਵਾਇਆ, ਇੱਥੇ ਅਨੈਤਪੁਰ ਦੀ ਗੱਲ ਹੈ, ਕੁੰਡਾ ਦਿਵਾ ਕੇ ਤਾਲਾ ਚ ਮਾਰਿਆ ਤੇ ਮੈਂ ਆਖਿਆ ਜਿਹੜਾ ਨਿਕਲਣ ਲੱਗਣੇ ਬੰਦਾ ਡਾਂਗ ਵਾਲਾ ਖਲਾਰਿਆ ਠੋਕੇ ਥਾਈ ਸੀ ਮੇਰੇ ਚੱਪ ਵੇਖਿਆ ਹੋਈ ਸੀ। ਉਹ ਦਿਹਾੜਾ ਗਿਆ, ਉਸ ਆਖਿਆ ਮੇਰੇ ਪਿਓ ਦੀ ਤੋਬਾ ਅੱਗੇ ਤੇ ਸ਼ਬੀਰ ਨਾ ਮੈਂ ਨਹੀਂ ਪੜ੍ਹਾਂਗਾ, ਜੇ ਇੰਨੇ ਪੜ੍ਹਨਾ ਤੇ ਫਾਹੇ ਤੜੇ ਨਾਲੋਂ ਇੰਜੇ ਚੰਗਾ। ਮੁਹੰਮਦ ਰਿਵਾਜ਼ ਉਹਦਾ ਹਕੀਮ ਉਹ ਆ ਗਿਆ, ਅਸਾਂ ਕਿਹਾ ਇਹ ਘਰ ਪਵਨੇ ਸਾਰੀ ਰਾਤ ਅਖੇ ਤਰਾ ਵਾਰੀ ਮੈਂ ਆਖੇ ਹਮਲਾ ਕੀਤਾ ਜੀ ਭਾਈ ਅਸਾਂ ਸਵਾਣੀ ਮਰਦ ਨੂੰ ਆਪਾਂ ਤੇ ਗੱਲ ਕਰਾਂ ਤੇ ਇਦੂ ਅਖੇ ਆਉਂਦਾ ਯਾ ਯੋ ਲਵੇ ਨਾ ਆਪ ਨੂੰ ਮੁੜ ਹਯਾ ਆਉਂਦਾ ਬਈ ਕੁਰਾਨ ਪੜ੍ਹੀਦਾ ਪਿਆ ਤੇ ਮੈਂ ਇਹ ਪਿਆ ਕਰੇ ਹਾਏ ਇੰਨੇ ਸ਼ਬੀਨੇ ਵਾਲੇ ਨੂੰ ਤਾਂ ਇੰਨਾ ਸਵਾਣੀ ਮਰਦ ਦੀ ਪਿੱਠ ਫਲੂਤ ਹੀ ਲੈ ਲਾਥੀ। ਅੱਲਾਹ ਅੱਲਾਹ ਕੁਰਾਨ ਪੜ ਉੱਥੇ ਜਿੱਥੇ ਤੂੰ ਪੜ੍ਹੇ ਤੇ ਸੁਣਨ ਵਾਲਾ ਕੌਣ ਹੋਵੇ? ਮਤ ਵੇਖੋ ਤਾਂ ਨਤੀਜਾ ਕੀ ਨਿਕਲਦਾ। ਅੱਲਾਹ ਅੱਲਾਹ ਹਾਂਜੀ ਵਲਕਦ ਹਮਤ ਬਿਹੀ ਵਹਮ ਬਿਹਾ ਲੌਲਾ ਅਰਆ ਬੁਰਹਾਨ ਰੱਬੇ। ਜਿਹੜੇ ਵੇਲੇ ਆਪਣੇ ਕੱਪੜੇ ਉਤਾਰ ਕੇ ਇੰਜ ਕਰਕੇ ਅੱਥੜ ਵੰਜੀ ਨੰਗੀ ਹੋ ਕੇ ਇੰਜ ਹੱਥ ਕਰਕੇ ਜੱਫਾ ਪਾਵੇ ਲੱਗੀ ਹਜ਼ਰਤ ਯੂਸਫ ਅਲੈਹਿ ਸਲਾਮ ਨੂੰ ਅਦੀ ਹੈ ਤਲਕ ਆਵੇ ਯੂਸਫ ਮੈਂ ਤਾਂ ਤੇਰੇ ਵਾਸਤੇ ਖਲੀਆਂ ਸਿੰਭੀ ਜੁੜੀ ਖਲੀਆਂ ਮੇਰੇ ਸੀਨੇ ਨਾਲ ਲੱਗ ਵੰਜ ਤੁੜੇ ਹਾਂ ਦੀ ਅੱਗ ਤਾਂ ਮੇਰੀ ਬੁੱਝ ਵੰਜੇ ਜਿਹੜੇ ਵੇਲੇ ਹੁਸਨ ਵੀ ਛਮਕਾਇਆ ਵਾਲ ਵੀ ਭੂਨਾ ਤਰ੍ਹਾਂ ਛੜਕਾਏ ਸ਼ੇਖ ਆਨ ਦੀ ਪਰੀ ਬਣ ਕੇ ਅੱਗੋਂ ਆਈਏ ਵੱਲੇ ਵਲਾ ਕੇ ਚਾੜੇ ਤੇ ਧੀਏ ਚੰਬੜਨ ਲੱਗੀਏ ਅੱਲਾ ਫਰਮਾਉਂਦਾ ਮੈਂ ਵੀ ਵੇਦਾ ਖਲਾਮ ਜੂ ਮੇਰਾ ਯੂਸਫ ਕਿਤਨੇ ਪਾਣੀ ਚ ਵਲਕਦ ਹਮਤ ਵਹਮ ਬੁਰਾਨ ਰੱਬੇ ਕਜ਼ਾਲ ਕਲ ਨਸੁਰ ਫਾਨੂ ਸੂਆ ਵਲ ਫਹਸ਼ਾ ਇਨਹੂ ਮਿਨ ਇਬਾਦਿਨ ਅਲ ਮੁਖਲਸੀਨ। ਜਿਹੜੇ ਵੇਲੇ ਉਹਨੇ ਜੱਫਾ ਪਾਇਆ ਹੈ ਅੱਗੋਂ ਪਿੱਛੋਂ ਹੋ ਕੇ ਯਈ ਯਈ ਕਰਨ ਲੱਗੀ ਹੈ ਚੋਚਲੇ ਤੇ ਗੁਣਗੁਣਾਟ ਕਰਨ ਲੱਗੀ ਹੈ ਉਸ ਵੇਲੇ ਯੂਸਫ ਅਲੈਹਿ ਸਲਾਮ ਦਾ ਚਿਹਰਾ ਵੇਖੀਏ ਮਲੂਮ ਹੁੰਦਾ ਦੁਨੀਆਂ ਤੇ ਬੰਦਾ ਵਸਣ ਵਾਲਾ ਕੋਈ ਨਹੀਂ ਇਹ ਤਾਂ ਉਦੇ ਮਾਸ਼ੂਕ ਦੇ ਇਸ਼ਕ ਚ ਲੱਗਾ ਖਲਾ ਹੈ ਕਿ ਸਾਡੇ ਪਾਸੇ ਤਵੱਜੋ ਹੀ ਕਾਈ ਨਹੀਂ ਉਸ ਵੇਲੇ ਮੂੰਹ ਚੋਂ ਕੱਢਿਆ ਸਮਾਜ਼ ਇਹ ਜਿਹੜਾ ਕੁਝ ਤੂੰ ਕਰਨ ਦੀ ਪਈ ਹੈ ਮਾਜ਼ ਅੱਲਾ ਅੱਲਾ ਦੀਆਂ ਰੱਖਾਂ ਇੱਥੇ ਆ ਸਕਦੀਆਂ ਉਂਝ ਮੇਰੇ ਵਿੱਚ ਬਚਣ ਦੀ ਤਾਕਤ ਕਾਈ ਨਹੀਂ ਇਨਹੂ ਰੱਬੀ ਆਸਨ ਮਸਵਾ ਇਨਹੂ ਲਾ ਯੁਫਲਿਹੁ ਜ਼ਾਲਿਮੂਨ ਉਹ ਜਿਹੜਾ ਤੇਰਾ ਖਾਵਾਂ ਦੇ ਉਹ ਕਿਹਦਾ ਉਸਨੇ ਮੇਰੇ ਨਾਲ ਵਕਾਰ ਤੇ ਮਕਾਮ ਕੀਤਾ ਹੈ ਹੁਣ ਕੰਡ ਪਿੱਛੇ ਮੈਂ ਉਹਦੀ ਇੱਜ਼ਤ ਨੂੰ ਹੱਥ ਲਾਈ ਮੈਂ ਯਾਕੂਬ ਦਾ ਪੁੱਤਰ ਜੋ ਹੈ ਕਜ਼ਾਲ ਕਲ ਨਸਰ ਫਾਨੂ ਸੂਆ ਵਲ ਫਾਸ਼ਾ ਇਨਹੂ ਮਿਨ ਇਬਾਦਿਨ ਅਲ ਮੁਖਲਸੀਨ ਹੱਤਾ ਕੇ
یوسف علیہ السلام جڑے ویلے ماز اللہ پیادا ہے اللہ دل لے سٹیا جے ہون میریاں رکھا منگیاں نہیں تا بھاج پاؤ بھاج پاؤ اللہ گو اگے پچھوں کا دھلا معاملہ ہے تالے لگے ہوئے کنڈے وجے ہوئے پردیسی بندہ اجڑی جھوک دا پکھی ہے ہور کیڑے پاسے منہ کرا اللہ پاکا اللہ فرماندا ہے جڑے پاسے دروازے سونا مینوں جو آکھے جو مینوں اللہ دیاں رکھا کافی ہیں ہور تویز لون دی ضرورت کائی نہیں بت اللہ تینوں آدا پیا ہے بھج پونا تیرا کام ہے میری رحمت گوا کے تالے کھول کے کنڈے کھول کے دروازے کھول کے اکش جی آیا بسم اللہ جلدی آ پچھو بھجنا تیرا کام ہے اگو دروازے کھول دیونا میرا کام اللہ دا پاک باد بندہ انجے دوڑے آئے ہو یا کیتا دروازے اندر اگو آواز آن دیا بسم اللہ جلدی آ اللہ کریم آدھا پہ ہے جی اللہ اٹھائیں کھلار کے زلیخہ نو کوئی رپرچہ گھتے آ اٹھائیں مرگی بھچ دے ویا یا دورا ونجو ساہرا ملنو تا کوئی مشکل تا کوئی نہیں پر اللہ فرماندہ ہے نہیں میں یوسف نو بھجائینا تاکہ جیڑے گھر دے اندر راندہ ہے جیڑے گھر دے اندر بے حیائی دی دعوت لدھیے اتھو میں اسنو کٹھیں دا پیاں تاکہ پتہ لگ ونجے جتھے شریعت خلاف کام پیاں دووے اتھے کھلو ون دی اجازت بھی کائی نہیں تو کول خانی تے وینا ہے آنا میں کھا دی تکا شنے دکھاں میں آجا تے کہ ہو بن جاؤ تھے ٹٹی چا کھا جا نہیں کھا دا تھا اصل تا کھلو من دی اجازت نہیں اٹھے تو بن کے بیٹھا ہی ہیں کھلوتا ہی ہیں اللہ اپنے یوسف رو نہیں کھلو من دن دا جتے حرام کام دی دعوت مل لیے تو شرک تے بیدت علیہ محفل ملاد دوتے جشن عید ملاد النبی دوتے اے محرم دوتے بن کے آدھا یار وکھاں پٹین دیکھی ہیں اللہ اللہ اتھے کھلوون دی اجازت بھی بول ہاں اذا مرو باللغو مرو کراما بندہ مومن آدمی لکھ دائے بے حیامہ دے کلو تو انجے بڑی عزت نہ لڑ کنج کے لکھ دائے اتھے وید ہے میں جنے جی گیا تھا ہاں کی دے گیا آیا کہ سن لی دا ختم آئی کے لکھ دائے یا جنے بھنویا مورو بار جو گیا تو مورو آپ پر جو لگ دیا سے مورو میں کھا دی پیتی اللہ ماں صاحب بیلکل کہنی میں کہا اللہ خلال نہ تھی وہ ٹٹی اپنی چھے کھاں میں آتا ہی اتنا گناہ نو بھی آج اتنا بہن نال گناہ ہو گیا اللہ اپنے پیغمبر یوسف رو نہیں کھلو مان دیندہ تو کونے اٹھے ونج کے بیٹھا ہی ہیں تے کھلوتا ہی ہیں وہ کئی سمجھا دی پہلے اب آج وقت دیو کندوریاں کچھ گھات کے چلو کائی لپ تڑھائی پہنکے ہاں یہ تھوڑی تھوڑی گل تو جی اللہ نترین لگ گیا تا بچدہ پلے کا شاک آئی نہیں باقی ایمان نوئی جی بچا جی نے یوسف بچایا ہے اسباب سارے ہیں سامان سارے ہیں جیڑا اینج بچا کے آج آیا بیٹھا ہے اللہ دی قسم ہے اللہ پاک اس نے ذمہ پچھلے گناہ نہیں رہن دیندہ انجھے سمجھو اللہ دی غنیمت دا مال تے فضل تے اللہ دی رحمت دیا جھولیاں بھر کے گھار وجہ حضرت یوسف علیہ السلام جلے بھننا ہے وَاسْتَبَا قَلْبَاب دوڑے دوئے اگو یوسف تے پچھو پچھو مائی ذلو اگو یوسف تے پچھو جدا دوڑے وستبا قلبا وَأَلْفَيَا سَيِّدَهَا لَدَ الْبَاب جلے دروازے چھیکری تے پہنچے یا دروازہ کھل ہے جے ویدے انتباروں ایک وڈا قاضی القضات وڈے سپریم کورٹ دا چیف جسٹس بھی تے ادو نال وزیر اعظم دلو بھی آیا کھل ہے اتفاق بن گیا تا جو پچھوں لگی ودی آئی ایتھوں ات گتیات یوسف علیہ السلام نو اللہ کریم ان کی تا گلوین جے کلوں ہاتھ گتیا او دے ہاتھ چ رہ گیا تے لنگارا لہے کے پچھا تے پاٹ گیا کمیز لنگارا ہاتھ
ਹੱਥੇ ਚਾਈ ਉਹਦੇ ਭੂੰਡ ਉੱਡੇ ਹੋਏ ਹੈਰਾਨ ਰਤੀਆਂ ਸੁਰਗ ਸ਼ਰਾਬੀ ਅੱਖੀਆਂ ਆਪਣਾ ਕੰਮ ਜੋ ਨਸ ਹੋ ਸਕਿਆ ਉਹਨੇ ਹਰਾਮ ਸਿਰੇ ਤੇ ਚੜਿਆ ਵਦਾ ਅਚਾਨਕ ਅਗੂ ਘਰ ਲਵੀ ਆ ਗਿਆ ਤੇ ਕਾਦੀ ਉਲ ਕੁਜ਼ਾਤ ਵੀ ਉਸੇ ਲਈ ਭੱਜ ਕੇ ਆਦੀ ਮਾ ਜਜ਼ਾਓ ਮਨ ਅਰਾਦ ਬਿਆਹਲ ਕਸੂਅਨ ਇਲਾ ਆਈ ਉਸ ਜਨਾਓ ਅਜ਼ਾਬੁਨ ਅਲੀਮ ਆਦੀ ਭਲਾਓ ਵੀ ਇਹ ਬਾਂਦਰ ਦੀ ਠੀਕ ਨਹੀਂ ਕਸੂਰ ਆਪਣਾ ਤੇ ਰੱਖਦੀ ਕਹਿੰਦੇ ਸਿਰ ਤੇ ਪਈ ਹੈ ਡਿੱਠਸ ਨਾ ਪਰਦੇਸੀ ਹੈ ਆਖਿਰ ਉਹ ਪਰਦੇਸੀ ਰੱਬ ਆਪਣੇ ਨੂੰ ਵਾ ਤੇਰੀਆਂ ਬੇਪਰਵਾਹੀਆਂ ਮੈਂ ਉਜੜੀ ਜੋਕ ਦਾ ਵਾਸੂ ਪੱਖੀ ਤੋਂ ਗਤੀਆਂ ਆਣ ਜੁਦਾਈਆਂ ਉਹ ਰਨ ਮੁਰੀਦਨ ਰੰਨਾ ਪਿੱਛੇ ਮੇਰੀ ਜਾਨ ਤੇ ਸੀਖਾਂ ਤਾਈਆਂ ਬਾਜ਼ਾਰ ਜ਼ੁਲਮ ਦਾ ਭਰਿਆ ਡਿੱਠਾ ਨਲ ਲੱਗੀਆਂ ਆਣ ਹਵਾਈਆਂ ਆਲ ਯਕੂਬ ਦੀ ਜ਼ਾਨੀ ਹੋਵੇ ਇਹ ਗੱਲਾਂ ਸਮਝ ਨਾ ਆਈਆਂ ਇਸਮਤ ਮੇਰੀ ਕਾਬੂ ਰੱਖੇ ਸ਼ਲ ਦਾਗ ਨਾ ਲੱਗੇ ਸਾਈਆਂ ਅੱਲਾ ਪਾਕਾ ਇੱਥੇ ਤਾਂ ਦੇਸੀ ਹੋ ਜਾਈ ਮੇਰਾ ਮਿੱਤਰ ਤਾਂ ਉਂਝ ਵੀ ਕੋਈ ਨਹੀਂ ਬਣਦਾ ਪਰਦੇਸੀਆਂ ਦਾ ਕੋਈ ਮਿੱਤਰ ਨਾ ਬਣਦਾ ਤੁਹਾਡੇ ਦੇਨ ਮਸੂਮ ਗਵਾਈਆਂ ਅੱਲਾ ਪਾਕਾ ਅੱਲਾ ਕਰੀਮਾ ਆਪਣੇ ਦਿਲ ਦਿਲ ਚ ਪਿਆ ਗਏ ਉਦੋਂ ਔਰਤ ਤੋਂ ਮਤ ਲਾਈ ਖਲੀਆ ਜੀ ਮੈਨੂੰ ਢਾਈ ਪਿਆਈ ਆ ਤੇ ਮੈਂ ਨਿੱਕੇ ਲਾਈਆਂ ਇਹਦੇ ਤਲੋਂ ਬਚੜੀ ਤੇਰੀ ਮਾਂ ਹੀ ਨਾ ਨਿਕਲ ਸਕਦੀ ਜੇ ਤਲੇ ਆਵੇ ਮੈਂ ਨਿੱਕੇ ਲਾਈਆਂ ਤਲੋਂ ਤੇ ਮਾਂ ਜਦਾ ਮਨ ਰਾਦਾ ਵੇਖ ਮੇਰਾ ਹਾਲ ਵੇਖ ਬੂੰਦ ਉੱਡੇ ਖੜੇ ਮੈਨੂੰ ਤੇ ਠੇਂਦਾ ਯੂਸਫ ਅਲੈ ਸਲਾਮ ਆਪਣੀ ਹਯਾਤ ਵੱਖੀ ਤਲੇ ਸੱਟ ਗਿਆ ਅੱਲਾ ਕਰੀਮ ਫਰਮਾਉਂਦਾ ਹੈ ਜਿਹਦੇ ਦਿਲ ਚ ਮੇਰਾ ਹਯਾ ਤੇ ਈਮਾਨ ਹੋਵੇ ਮੈਂ ਅੱਲਾ ਵੀ ਹਯਾ ਕਰੇ ਨਾ ਉਸ ਬੰਦੇ ਦਾ ਨਤੀਜਾ ਕੀ ਨਿਕਲਿਆ ਹੈ ਉਹ ਜਿਹੜਾ ਕਾਜ਼ੀ ਨਾਲ ਖਲੋਤਾ ਨਾ ਦੇਖਿਆ ਆਓ ਤੇ ਨਾ ਤਾਓ ਉਸ ਆਪਣੇ ਗਵੇੜ ਤੇ ਗੱਲ ਕੀਤੀ ਏ ਯਾਰ ਜਿਹੜੇ ਸ਼ਰੀਫ ਆਦਮੀ ਆਉਂਦੇ ਨੇ ਉਹਨਾਂ ਦੇ ਅੱਗੋਂ ਚੋਲੇ ਨਹੀਂ ਪਾਟੇ ਹੋਏ ਹੁੰਦੇ ਕਮੀਨੇ ਆਦਮੀਆਂ ਦੇ ਅੱਗੋਂ ਪਾਟੇ ਹੋਏ ਹੁੰਦੇ ਨੇ ਤੇ ਜਿਹੜੇ ਸ਼ਰੀਫ ਉਹਨਾਂ ਦੇ ਪਿੱਛੋਂ ਪਾਟ ਵੈਂਦੇ ਨੇ ਡਿੱਠਾ ਹੀ ਕੋਈ ਨਿਸ ਇਹਨੇ ਆਪਣੀ ਔਰਤ ਸੱਕੀ ਰਿਸ਼ਤੇਦਾਰ ਦੀ ਹਾਲਤ ਵੇਖ ਕੇ ਉਸੇ ਦੀ ਜੜ ਦੇ ਅੰਦਰ ਫੈਸਲਾ ਚੱਕੀ ਦਾ ਆਦੀਦ ਮਿਸਰਾ ਵੇਨੇ ਆਏ ਜੂਏ ਯੂਸਫ ਜਿਹੜਾ ਹੈ ਅੱਗੋਂ ਚੋਲਾ ਪਾਣੀ ਵਧਾਏ ਕਿ ਪਿੱਛੋਂ ਪਾਣੀ ਵਧਾਏ ਅੱਲਾ ਜਿਹੜੇ ਮੁੜ ਮਜ਼ਲੂਮਾਂ ਦੀਆਂ ਜਿਹੜੇ ਈਮਾਨ ਬਚਾ ਕੇ ਆਵੇ ਜਿਹੜੇ ਅੱਲਾ ਉਹਨਾਂ ਦੀ ਹਿਫਾਜ਼ਤ ਕਰਦਾ ਤਾਂ ਦੁਸ਼ਮਣਾਂ ਕੋਲ ਗਵਾਹੀਆਂ ਦੇ ਵਹਿੰਦਾ ਹੈ ਨਾ ਇਨਕਾਨਤ ਕਮੀਸੂ ਕੁਦਮਿਆਂ ਕੋਬੋਲੇਨ ਫਸਦਕਤ ਵਹਵਾ ਮਿਨਲ ਕਾਜ਼ਬੀਨ ਇਨਕਾਨ ਕਮੀਸੂ ਕੁਦਮਿਨ ਦੁਬੋਰੇਨ ਫਕਜ਼ਬਤ ਵਹਵਾ ਮਿਨ ਸਾਦਿਕੀਨ ਓ ਮੀਆਂ ਵੇਖੋ ਜਿਹੜੇ ਵੇਲੇ ਵਿਖਿਓ ਨੇ ਤਾਂ ਉਹ ਤਾਂ ਬੇਹੋਸ਼ ਹੋਈ ਖਲੀ ਉਹਨੂੰ ਪਤਾ ਹੀ ਕੋਈ ਨਹੀਂ ਉਨੇ ਲੰਗਾਰਾ ਯੂਸਫ ਦੇ ਚੋਲੇ ਆਲਾ ਉਹਦੇ ਹੱਥੇ ਚ ਪਾਟਾ ਖਲਾ ਪਿੱਛੋਂ ਉਹ ਚੋਲੇ ਅੱਲਾ ਲੰਗਾਰਾ ਅੱਲਾ ਵਤ ਯੂਸਫ ਦੇ ਵਜੂਦ ਤੇ ਆਵਣ ਨਹੀਂ ਦਿੱਤਾ ਪਲੀਤ ਰਨ ਦੇ ਹੱਥ ਲੱਗੇ ਨੇ ਇਹ ਦੁਬਾਰਾ ਇਹ ਗਠੀ ਕਿ ਯੂਸਫ ਦੇ ਵਜੂਦ ਤੇ ਨਾ ਹਸੇ ਇਹ ਪਲੀਤ ਪਲੀਤਾਂ ਵਾਸਤੇ ਹੀ ਆਖਿਰਕਾਰ ਨਤੀਜਾ ਕੀ ਨਿਕਲਿਆ ਉਸ ਲਈ ਵਾਦਾ ਅਜ਼ਲੀ ਖਾਂ ਜੀ ਅਸਤਗਫਿਰੀ ਲਜ਼ੰਬਿਕ ਯੂਸਫ ਅਲੈਹਿ ਸਲਾਮ ਨੂੰ ਵਾਦਾ ਅਰੇ ਜ਼ਮਾਨਾ ਹਾਜ਼ਾ ਅੱਛਾ ਵੰਜਣ ਦੇ ਯੂਸਫ ਪਤਾ ਲੱਗ ਗਿਆ ਜ਼ਿਆਦਤੀ ਤੇਰੇ ਨਾਲ ਹੋਈ ਹੈ ਤੇਰਾ ਕਸੂਰ ਅਜ਼ੀਜ਼ ਮਿਸਰ ਦਾ ਹੈ ਮਗਰ ਹਾਈ ਚੂੰਕਿ ਥੋੜੀ ਗੈਰਤ ਆਲਾ ਇਸ ਵਾਸਤੇ ਵਤ ਵੇਖ ਲਵਿਆ ਹੈ ਨਤੀਜਾ ਬੁਰਾ ਨਿਕਲਣਾ ਹੈ ਪਿਆ ਉਹ ਤਾਂ ਨਤੀਜਾ ਬੁਰਾ ਪੈ ਕੱਢਦੇ ਨੇ ਪਰ ਯੂਸਫ ਦੀ ਈਦ ਪਈ ਬਣਦੀ ਕਿਵੇਂ ਨਤੀਜਾ ਨਿਕਲਦਾ ਹੈ ਆਪਣੀ ਔਰਤ ਨੂੰ ਆਦਾ ਵਸ ਤਗ ਫਰੀ ਲਜ਼ੰਬੇ ਕਿਨ ਕੇ ਕੁਨ ਤੇ ਮਿਨਲ ਖਾਤੀਨ ਤੂੰ ਮਾਫੀ ਮੰਗ ਲੈ ਯੂਸਫ ਕੋਲ
آخنا تھا سنا وسطا تو پھر اللہ کہ تم معافی مانگ پر ہاں مشرک چھٹے ہوئے یہ ہندو والا مذہب آئی انہوں نے خدا تو کہ استغفار کر اے معافی مانگ لا اس کو لوں یوسف کو لوں ان کے کون تے من الخاتین ہاں تیرے پچھلے بھڑوے انجے طرح جی میں تو آتا کرے نہیں کرے کوئی تے بھرے کوئی گناہ آپ کیتا تے متھے کہیں دے لایا اللہ اللہ سارے کٹھے پردار مولی صاحب وہ ہر کے کرے بیٹھا بیٹھا سبق بیٹھے پڑھا تے بیچارے دا پاد نکل گیا یا نکلے اسنا تے دوے ساتھی دی گلا تے چھک کے چار مارے حیات ہے نہیں آتا کہ استادا کول پاد مارے نا بورکی دے ماں پر نہ بنی جائی او کائی سب آجاتی پہی اچھا کمال ہے بھائی کیوں گیا جنے جناب انکے کنت من الخاتین تو بڑی بھیڑی رانے تیرے پچھلے انجہان اللہ کریم فرماندا کذالک لنصر فانو سوا والفحشا انہ من عبادنا المخلصین یوسف علیہ السلام دا ایمان اپنی جگہ تے کھلا رہا نصر فانہو اساں بے حیائی نو وی بریائی نو وی گندے ارادے نو وی دھکے مار کے یوسف کو نو پچھا ہٹا دیتا ہے مگر یوسف دے نیڑے کہیں شے نو نہیں آون دیتا کیوں جو یوسف دا ایمان اپنی جگہ تے اٹل رہ گیا ہے اِلَّهُ مِنْ عِبَادِنَا الْمُخْلَصِينَ کیوں جو مصیبت دے وے لئی سادھر وے کھانا لاہور کسے وال نہیں خیر فیصلہ ہو گیا فیصلہ ہون دے بعد کیا دا ہے تے کی ہو گیا سوا یارہ ہو گئے تے نکل ونج تھو پولیس والے گھر لگے ونج نہ سڈا کھلیا انہوں نے کہ آویں جڑا نہیں کھلو سکدا پھٹ جائے توجہ ہے او ہی نے توجہ اچھا جناب نتیجہ کیا نکلیا اور میں گل تک کرن دے وہ نعرے چ نہ گل بن جائے اچھا تھوڑی جی 5 منٹ صرف لا کے وقت نماز پڑھی توجہ کر ماشاءاللہ مول بدھو اج عید دی چھٹی تے کرو تے پیشے دی نماز چ پڑھتا اے تے سرکاری کپ ہویا تے ودھدا وئی سی اگے کھلوون دی بلا تے ہے تکبیر اچھا جناب رہے حضرت یوسف علیہ السلام دعا منگی توجہ کریا رب سجنو احب الیہ مما یدوننی الیہ الا تصرف عنی قیدہن اصب الیہن اکم من الجاہلین اللہ میری عجید ہائے 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 بے حیائی تو میں بچ گیا بچ گیا ایمان میں اپنا محفوظ کر لیا ہے جی آج میں نو وڈی خوشی ہو سی آج میں نو اس گھر دی بجائے جیل چ بھیجوا اندازہ لگا ایمان جی مضبوط ہوے تے جیل چ ونجن والے نو عید ہوندی ہے تے جے کر ایمان مضبوط نہیں تے تخت تے بیٹھا ہویا اونے پلید دا پلید تے بے اطمینان بیٹھا ہے احب الیہ مما یدوننی الیہ الا تصرف عنی میں تینو آدھا پیاؤں میرے بدی چھٹی ہاتھ چ کوئی نہیں اللہ آخر میں کھاندا پیندا جوانا میں ذیشانا وڈے گھر وردہ دا وسنیکا میں اپنے ماں پیو نو چھوڑ بیٹھا میرے بے وسیے سارا کچھ چھٹ گیا ہے وطن چھٹ گیا ہے چمن چھٹ گیا ہے امن چھٹ گیا ہے بدن چھٹ گیا ہے ادن چھٹ گیا ہے سارا کچھ خرچ کر بیٹھا مگر ایمان میرے کولوں خرچ نہیں ہوں
ਹੁੰਦਾ ਅੱਲਾ ਜੇ ਤੂੰ ਮੈਨੂੰ ਜੇਲ ਚ ਭਿਜਵਾ ਦੇਵੇਂ ਇਹੋ ਜੇ ਘਰ ਵਿੱਚ ਰਹਿਣ ਨਾਲੋਂ ਮੈਨੂੰ ਜੇਲ ਦੇ ਅੰਦਰ ਖੁਸ਼ੀ ਤੇ ਈਦ ਹੁੰਦੀ ਆ ਗੱਲ ਬਣੀ ਵਾ ਇਹ ਈਦ ਖਲਾ ਮੰਗਦਾ ਆਪ ਜੋ ਮੰਗੀ ਸੂ ਈਦ ਵਤ ਅੱਲਾ ਤਾਲਾ ਤੋਂ ਉਸਨੂੰ ਦੇਵਣੀ ਹੈ ਹਾਲਾਂਕਿ ਕਸੂਰ ਹੀ ਕੋਈ ਨਾ ਆਈ ਮਗਰ ਉਹਨਾਂ ਸੇਫਟੀ ਐਕਟ ਜੋ ਜਿਹਾ ਲਾਇਆ ਆਪਾਂ ਤੇ ਆਖਣ ਲੱਗੇ ਗੱਲ ਇਹ ਕਸੂਰ ਤਾਂ ਇਸੇ ਉਦਲਦਾ ਹੈ ਬੰਡੀ ਅਸਾਂ ਵੀ ਤਾਂ ਹਕੂਮਤ ਅੱਲੇ ਇਸ ਵਾਸਤੇ ਕਈ ਗਹਿਣੇ ਯੂਸਫ ਨੂੰ ਕਿਹਦੇ ਗਲਾਂ 'ਚ ਆ ਮੁੜ ਸੋਹਣ ਮਾੜੋ ਸੀ ਅਤੇ ਲੋਕ ਆਖਣ ਮੀਆਂ ਕਸੂਰ ਹਾਸੂ ਤਾਂ ਅੱਗੇ ਹੈ ਨਾ ਉਂਝ ਠੀਕ ਹੈ ਕਸੂਰ ਹੈ ਤਾਂ ਕੋਈ ਨਹੀਂ ਮਗਰ ਇਹ ਜੀ ਸਾਡੇ ਲਿਪੋ ਲਾਂਦੀ ਹੈ ਸਾਡੇ ਪੱਲੇ ਰਾਂਦਾ ਕੁਝ ਨਹੀਂ ਇਸੇ ਯੂਸਫ ਨੂੰ ਉਦਾਂ ਹੀ ਗਲਾਂ 'ਚ ਕਈ ਦਿਹਾੜੇ ਉਦੋਂ ਉਹ ਕਿਹਾ ਕਿ ਲੈ ਲਮੀ ਅਫਵਲ ਮਾ ਅਮਰੂ ਲਯੁਸ ਜਨਨ ਆਵਜ਼ਾਬੁਨ ਅਲੀਮ ਉਹ ਮੇਰੀਆਂ ਸਹੇਲੀਆਂ ਸੁਣ ਲਓ ਇਹ ਖਲੋਤਾ ਹੀ ਨੇ ਅੰਦਰ ਸੁਣਦਾ ਹੀ ਖਲਾ ਜੇ ਮੇਰਾ ਕੰਮ ਇਸ ਨਾ ਕੀਤਾ ਮੇਰਾ ਕੰਮ ਲੈ ਲਮ ਯਫਲ ਮਾ ਆਮਰੂ ਜੇ ਮੇਰਾ ਇਸ ਕੰਮ ਨਾ ਕੀਤਾ ਲੈ ਉਸ ਜਨਨ ਮੈਨੂੰ ਠਕਵਾ ਛੁੜੇ ਸਾਂ ਵਲਾ ਯਕੂਨ ਮਿਨ ਸਾਗਰੀ ਔਰ ਇਸ ਨੂੰ ਛਮਕਾਂ ਦੀ ਮਾਰ ਦਿਵਾ ਕੇ ਦੀ ਨਾਜ਼ਕ ਚਮੜੀ ਉਧੜਵਾ ਲਈ ਸਾਂ ਅੱਲਾ ਫਰਮਾਉਂਦਾ ਤੈ ਬਾਂਦਰੀ ਕੇ ਆਖਣਾ ਹੈ ਮੇਰਾ ਪੈਗੰਬਰ ਜੋ ਆਪ ਈਦ ਖਲਾ ਮੰਗਦਾ ਹੈ ਤੇ ਈਦ ਮੰਗਦਾ ਖਲਾ ਹੈ ਜਿੱਥੇ ਈਮਾਨ ਬਚ ਵੰਜੇ ਥੋੜੇ ਜੈਲ ਵੀ ਹੋਵੇ ਇਸ ਵਾਸਤੇ ਅੱਲਾ ਕਰੀਮ ਨੇ ਉਹਨੇ ਈਦ ਬਣਾ ਦਿੱਤੀ ਮਗਰ ਜਦੋਂ ਵਤ ਨਿਕਲਿਆ ਈਦ ਭੁਗਤਾ ਕੇ ਸਿੱਧਾ ਤਖ਼ਤ ਤੇ ਬਾਦਸ਼ਾਹੀ ਤੇ ਅੱਲਾ ਪਾਕ ਬਿਠਾ ਦਿੱਤਾ ਅੱਜ ਦੇ ਦਿਨ ਚ ਭਾਈਓ ਈਮਾਨ ਬਚਾਵਣ ਦਾ ਵਾਅਦਾ ਕਰਨਾ ਹੈ ਹੋਰ ਹਰ ਸ਼ੈ ਖਰਚ ਕਰਨੀ ਹੈ ਇਸ ਵਾਸਤੇ ਇਬਾਦਤ ਹੈ ਨਮਾਜ਼ ਦੀ ਇਬਾਦਤ ਹੈ ਮਾਲ ਖਰਚ ਕਰਨ ਦੀ ਸ਼ੈਤਾਨ ਬੁਖਲ ਸਮਝਾਈਂਦਾ ਹੈ ਸ਼ੈਤਾਨ ਵਿੱਚ ਤਾਵੀਲਾਂ ਕਰਾਂਦਾ ਹੈ ਇਸ ਦੇ ਅੱਲਾ ਦੇ ਰਸਤੇ ਤੇ ਖਰਚ ਕਰਨ ਦਾ ਤਾਲੁਕ ਹੁੰਦਾ ਹੈ ਅੱਖੀ ਲੂਟ ਕੇ ਅੱਲਾ ਦੀ ਰਜ਼ਾ ਵਾਸਤੇ ਕਰ ਤਾਂ ਕਿ ਇਸ ਦੇ ਵਿੱਚ ਕੋਈ ਦਹਿਲਾਸ ਪੈਦਾ ਨਾ